ਰਾਜਾ ਕੀ ਗੱਲ ਕੀ ਆ ਹੀਰੋ ਕਟਨ ਕਰਨੀ ਆ ਓਏ ਹੀਰੋ ਹੀ ਕਰਨ ਨੇ ਆਇਆ ਹੋਰ ਮੈਂ ਜ਼ੀਰੋ ਕਰਨ ਨੇ ਆਇਆ ਤੈਨੂੰ ਮੈਂ 20 ਦਫਾ ਪਹਿਲਾਂ ਵੀ ਕਿਹਾ ਸੀ ਵੀ ਹੱਥ ਤੇ ਨਾ ਬੋਲਿਆ ਕਰ ਇਹ ਕੰਜੀ ਆ ਤੇਰੇ ਕੰਨ ਲਾ ਦੇ ਕਿ ਕੌਣ ਜ਼ਿੰਮੇਦਾਰ ਆ ਰਾਜਾ ਤੂੰ ਟਿੰਡ ਕਰ ਦਵੇਂ ਫੇਰ ਨਹੀਂ ਟਿੰਡ ਕਾਹਦੇ ਕਰ ਦਵਾਂ ਕੀ ਗੱਲ ਕੀ ਆ ਮੈਂ ਦੱਸਣ ਸੈਨਾ ਵੀ ਮੈਂ ਦੱਸਣ ਨੇ ਆ ਹੁੰਦਾ ਵਾ ਤੇਰੀਆਂ ਬੜੀਆਂ 9 ਫਿਲਮਾਂ ਆਉਣੀਆਂ ਵੀ ਤੇਰੀਆਂ ਜ਼ਰੂਰੀ ਆ ਮੈਂ ਕਰੀ ਜਾਣੇ ਆਰਾਮ ਨਾਲ ਚੁੱਪ ਕਰਕੇ ਬੈਠਾ ਰਿਹਾ ਕਰ ਅੱਛਾ ਮੈਂ ਬੋਲਾਂ ਵੀ ਨਾ ਹੁਣ ਮੈਂ ਬੋਲਾਂ ਰੱਖ ਕੀ ਬੋਲਣਾ ਕਾਹਦੇ ਆ ਤੂੰ ਮੈਨੂੰ ਕੰਮ ਦੱਸਣਾ ਆ ਵੀ ਤੂੰ ਮੈਨੂੰ ਸਿਖਾਉਣਾ ਆ ਕੰਮ ਰਾਜਾ ਤੂੰ ਗਰਮ ਹੋਣ ਡਿਆ ਮੈਂ ਗਰਮ ਹੋਣ ਡਿਆ ਗਰਮ ਨਾ ਹੋਵਾਂ ਤਾਂ ਕੀ ਕਰਾਂ ਕਚਹਿਰੀ ਜਾਣਾ ਹੁੰਦਾ ਤੇ ਕੀ ਕਚਹਿਰੀ ਤੂੰ ਕਿਹੜਾ ਕੇਸ ਲੜਨੇ ਹੁੰਦੇ ਆ ਯਾਰ ਉੱਥੇ ਬਿਸਕੁਟ ਹੀ ਵੇਚਣੇ ਜਾ ਕੇ ਤੂੰ ਕਿਹਾ ਜਾਂਦ ਹੋਵੇ ਨਾ ਤੂੰ ਕੇਸ ਲੜਨ ਆਇਆ ਹੱਦ ਹੋ ਗਈ ਹੈ ਅੱਗੇ ਈਦ ਆ ਰਹੀ ਆ ਈਦ ਆ ਰਹੀ ਹੈ ਟਿੰਡ ਕਰ ਦਵੇਂ ਫੇ ਈਦ ਆ ਰਹੀ ਹੈ ਤੂੰ ਉੱਥੇ ਬਹੁਤ ਰਾਜਾ ਤੂੰ ਹਰ ਗੱਲ ਤੇ ਗੁੱਸਾ ਕਰਦਾ ਜਿੱਦਾਂ ਮੈਂ ਗੁੱਸਾ ਨਹੀਂ ਕਰਦਾ ਜਦੋਂ ਮੈਂ ਕੰਮ ਕਰਦਾ ਨਾ ਵਿੱਚ ਬੋਲਿਆ ਨਾ ਕਰ ਤੇਰੀ ਮਿਹਰਬਾਨੀ ਹੈ ਅੱਛਾ ਜਿੱਦਾਂ ਨਹੀਂ ਮੈਂ ਕਟਿੰਗ ਕਰਨਾ ਤੂੰ ਉਦਾਂ ਨਹੀਂ ਕਰ ਹਾਂ ਮੈਂ ਕਹਿੰਦਾ ਤੂੰ ਕਟਿੰਗ ਵੇਖੀ ਐਡਾ ਤੇਰਾ ਮੂੰਹ ਸੋਹਣਾ ਨਹੀਂ ਹੋਣਾ ਜਿੱਡੀ ਸੋਹਣੀ ਕਟਿੰਗ ਹੋ ਜਾਣੀ ਹੱਦ ਹੋ ਗਈ ਆ ਬਈ ਐਡੀਆਂ ਸੋਹਣੀ ਤੇਰੇ ਕੈਂਚੀਆਂ ਨਹੀਂ ਹੈਗੀਆਂ ਹੋਰ ਸੁਣਾ ਤੂੰ ਹਾਂ ਠੀਕ ਹੈ ਸ਼ੁਕਰ ਤੂੰ ਸੁਣਾ ਰਾਜਾ ਆ ਗਏ ਬੱਚੇ ਤੇਰੇ ਨਹੀਂ ਬੱਚੇ ਅਜੇ ਗਏ ਆ ਹੁਣ ਈਦ ਤੇ ਲਿਆਵਾਂਗੇ ਹੈ ਈਦ ਤੇ ਲਿਆਵਾਂਗੇ ਕਿੱਦਾਂ ਗੁਜ਼ਾਰੇ ਹੋ ਜਾਂਦੇ ਯਾਰ ਤੁਹਾਡੇ ਮੈਂ ਤਾਂ ਹੈਰਾਨ ਹਾਂ ਬਸ ਰਾਜਾ ਕੀ ਦੱਸੀਏ ਤੈਨੂੰ ਯਾਰ ਚੱਲ ਨਾ ਦੱਸ ਭਾਈ ਹੋਰ ਕੀ ਹੈ ਰੋਜ਼ੇ ਪਹਿਲਾਂ ਨਹੀਂ ਗਈ ਆ ਸਿਰਫ ਕਹਿ ਕੇ ਜੀ ਮੈਂ ਦੋ ਦਿਨ ਰਹਿਣ ਜਾਣਾ ਵਾ ਇੰਨੀ ਦੇਰ ਨਹੀਂ ਛੱਡੀ ਤਾਂ ਤੈਨੂੰ ਪਤਾ ਵੀ ਰੋਟੀ ਪਾਣੀ ਕਰਦਾ ਅੱਜ ਕਿੱਥੇ ਗੁਜ਼ਾਰੇ ਹੁੰਦੇ ਆ ਹਾਂ ਅੱਜ ਕੱਲ੍ਹ ਤਾਂ ਬੱਚੇ ਇੱਕ ਦਿਨ ਚੱਲ ਜਾਵੇ ਤਾਂ ਘਰ ਸੁੰਨੇ ਹੋ ਜਾਂਦੇ ਆ ਤੁਹਾਡੇ ਪਤਾ ਨਹੀਂ ਕਿੱਦਾਂ ਦਿਲ ਕਰਦੇ ਵੀ ਤੁਸੀਂ ਦੋ ਤਿੰਨ ਦਿਨ ਦਾ ਕਹਿ ਗਈ ਆ ਵੀ ਮੈਂ ਬਸ ਆਈ ਲੈ ਨਾਲ ਬੱਚੇ ਵੀ ਨਾਲ ਆ ਸਕੂਲ ਦਾ ਵੀ ਹਰਜ ਹੋ ਰਿਹਾ ਉਹ ਤਾਂ ਈਦ ਆਈ ਆ ਅਜਾ ਦੇਲਾ ਕਿ ਤੂੰ ਟਿੰਡ ਹੀ ਕਰ ਰਿਹਾ ਨਾ ਮੈਂ ਸਹੁਰਿਆਂ ਨੇ ਵੀ ਜਾਣਾ ਹੁੰਦਾ ਵਾ ਰਾਜਾ ਓ ਯਾਰ ਤੇਰੇ ਵਾਲ ਕੱਟਣ ਡਿਆ ਤੇਰੇ ਐਡਾ ਸੋਹਣਾ ਮੂੰਹ ਨਹੀਂ ਜਿਹੜੇ ਸੋਹਣੇ ਮੈਂ ਵਾਲ ਕੱਟਣ ਡਿਆ ਕੈਸੀ ਗੱਲ ਕਰੀ ਜਾਣਦੇ ਆ ਆਪਣੀ ਕਰੇ ਮੰਨੀ ਮਨਾਈ ਜਾ ਰਹੇ ਨੇ ਰਾਜਾ ਓ ਯਾਰ ਬੋਲੀ ਤੈਨੂੰ ਮੈਂ 20 ਦਫਾ ਕਹੀ ਆ ਨਾ ਬੋਲੀ ਨਾ ਜਾ ਮੈਂ ਫਿਸ਼ਲ ਵੀ ਕਰਾਣਾ ਅਜੇ ਰਾਜਾ ਫਿਸ਼ਲ ਕਰਦਾ ਫਿਸ਼ਲ ਦਾ ਟਾਈਮ ਨਹੀਂ ਹੈਗਾ ਲੈ ਆ ਕੇ ਕਚਹਿਰੀ ਉਹ ਕਟਾਉਂ ਕਰਾਵੀ ਫਿਸ਼ਲ ਨੂੰ ਟਾਈਮ ਚਾਹੀਦਾ ਤੂੰ ਬੈਂਕ 'ਚ ਲੱਗਿਆ ਮੈਂ ਗੱਲਾਂ ਕਰਨੇ ਆ ਤੂੰ ਬਹੁਤੀਆਂ ਤੂੰ ਈਦ ਆਈ ਆ ਰਾਜਾ ਮੇਰੀ ਗੱਲ ਸੁਣ ਮੈਂ ਪੈਸੇ ਦੇਣੇ ਤੁਹਾਨੂੰ ਮੈਂ ਕੋਈ ਸੁੱਕੇ ਟੁਕੜੇ ਨਹੀਂ ਦੇਣੇ ਤੁਹਾਨੂੰ ਰੋਟੀਆਂ ਕਿ ਵੀ ਹੱਲ ਆਵੇ ਰਾਜਾ ਕੀ ਮਤਲਬ ਵੀ ਮੈਂ ਪੈਸੇ ਦੇਣੇ ਮੈਂ ਜਿੱਦਾਂ ਯਾਰ ਮੈਂ ਪੈਸੇ ਲੈਣੇ ਆ ਗੱਲ ਆਈ ਇਹ ਮੈਂ ਤੇਰੀ ਕਟਿੰਗ ਕਰ ਦਿੰਦਾ ਤੂੰ ਜਦੋਂ ਵਾਪਸ ਆ ਜਾਏਗਾ ਨਾ ਕਚਹਿਰੀ ਹੋ ਅੱਛਾ ਫਿਰ ਆ ਕੇ ਮੈਂ ਤੇਰੇ ਨਾ ਅਫੀਸ਼ੀਅਲ ਕਰ ਦਿਆਂਗਾ ਮੈਂ ਹੁਣੀ ਕਰਾਉਣਾ ਰਾਜਾ ਨਹੀਂ ਮੈਂ ਜਾਣਾ ਆ ਨਹੀਂ ਮੈਂ ਜਾਣਾ ਬਰਾਤ ਰਾਜਾ ਮੈਂ ਪੈਸੇ ਦੇਣੇ ਆ ਯਾਰ ਤੁਹਾਨੂੰ ਓਏ ਆਹ ਕੋਈ ਗੱਲ ਨਹੀਂ ਪੈਸੇ ਤੂੰ ਇਕੱਲੇ ਨੇ ਦੇਣੇ ਆ ਪੈਸੇ ਮੈਂ ਲੈਣੇ ਹੀ ਆ ਮੈਂ ਕਿਹੜੇ ਛੱਡ ਦੇਣੇ ਆ ਕੈਸੀ ਗੱਲ ਕਰੀ ਜਾਂਦਾ ਕਾਰੀਗਰ ਤੇ ਰਾਜਾ ਤੂੰ ਬਹੁਤ ਜ਼ਿਆਦਾ ਵਾ ਜੇ ਕੰਮ ਕਰੇ ਬਸ ਯਾਰ ਉਹ ਨਹੀਂ ਗੱਲ ਹੈਗੀ ਠੀਕ ਹੈ ਕਿ ਨਹੀਂ ਕੰਮ ਤੇਰੇ ਵਰਗਾ ਕੋਈ ਪੁਰਾਣਾ ਬੰਦਾ ਕੰਮ ਕਰਨ ਵਾਲਾ ਇਸ ਲਈ ਰਾਜਾ ਤੇ ਕੋ ਆਈਦਾ ਵਾ ਥੋੜੀਆਂ ਦੁਕਾਨ ਲਓ ਜੀ ਉਠੋ ਯਾਰ ਨਹੀਂ ਫਿਸ਼ਲ ਕਰਨਾ ਨਹੀਂ ਆ ਕੇ ਕਰੋ ਨਾ ਰਾਜਾ ਨਾ ਆ ਕੇ ਮੈਂ ਪਹਿਲਾਂ ਓਏ ਆ ਕੇ ਰਾਜਾ ਮੇਰੀ ਗੱਲ ਸੁਣ ਯਾਰ ਮੈਂ ਬਰਾਤ ਨਾਲ ਜਾਣਾ ਆ ਰਾਜਾ ਮੈਂ ਕਚਹਿਰੀ ਜਾਣਾ ਮੇਰਾ ਉੱਥੇ ਮੱਲੇ ਦੇ ਵਿੱਚ ਕੋ ਰੌਲਾ ਬੜਿਆ ਆ ਠੀਕ ਹੈ ਉਹ ਪਰੇ ਆ ਰਹੀ ਹੈ ਇੱਥੇ ਬੈਣ ਵਾਸਤੇ ਨਾਲੇ ਤੂੰ ਗੱਲ ਆਪ ਸੁਣ ਲਾ ਜਰਾ ਕੀ ਕਹਿੰਦੇ ਆ ਉੱਠ ਜਾ ਇੱਧਰ ਆ ਜਾ ਮੇਰੀ ਗੱਲ ਸੁਣਨਾ ਨਹੀਂ ਰਾਜਾ ਨੇ ਫਿਸ਼ਰ ਕਰਨਾ ਓ ਯਾਰ ਅਸਲਾਮ ਅਲੈਕਮ ਜੀ ਰਾਜਾ ਸਾਹਿਬ ਕੀ ਹਾਲ ਆ ਆ ਜਾਓ ਸੁਣਾਓ ਕੀ ਹਾਲ ਆ ਭਾਜੀ ਠੀਕ ਠਾਕ ਠੀਕ ਠਾਕ 8000 ਰੁਪਏ ਫਟਾਫਟ ਕੀ ਗੱਲ ਆ ਉਹ ਮੇਰੀ ਸ਼ੇਵ ਕਰ ਦੇ ਤੇਰੀ ਮਿਹਰਬਾਨੀ ਹੈ ਬੈਠੋ ਸਾਥ ਲੈ ਲਓ ਰਾਜਾ ਸਾਹੀ ਸਾਹਿਬ ਮੈਂ ਕਿਹੜਾ ਇੱਟਾਂ ਬਣਾਉਣਾ ਆਇਆ ਕੰਮ ਤੇ ਜਾਣਾ ਸੁਣਿਆ ਟਾਈਮ ਕੋਈ ਨਹੀਂਗਾ ਤੇਰੀ ਮਿਹਰਬਾਨੀ ਅੱਜ ਕਿੱਥੇ ਜਾਣ ਡਿਆ ਆ ਓਏ ਅੱਜ ਗੁਜਰਾਂ ਦੇ ਘਰ ਅੱਜ ਸ਼ਾਦੀ ਆ ਅੱਛਾ ਹਾਂਜੀ ਹਾਂਜੀ ਚੱਲ ਮੇਰਾ ਭਰਾ ਉੱਠ ਭਾਈ ਉੱਠ ਉੱਠ ਫਿਸ਼ਲ ਕਰਾਣਾ ਭਾਈ ਉਹ ਯਾਰ ਤੂੰ ਫਿਸ਼ਲ ਕਰਾ ਲਈ ਫੇਰ ਕਰਾ ਲਈ ਪਹਿਲਾਂ ਮੈਂ ਬੈਠਾ ਮੈਂ ਫਿਸ਼ਲ ਕਰਾਣ ਵਾਸਤੇ ਰਾਜਾ ਨਹੀਂ ਗਿਆ ਯਾਰ ਰਾਜਾ ਯਾਰ ਆ ਜਾਂਦਾ ਆ ਬੈਠ ਤਾਂ ਸਹੀ ਰਾਜਾ ਕਿਤੇ ਤੂੰ ਨਾ ਓਏ ਉਹਨੇ ਫਿਸ਼ਲ ਕਰਾਉਣਾ ਆ ਅੱਜ ਕਿਤੇ ਸ਼ਾਦੀ ਤੇ ਉਹ ਵੀ ਜਾ ਰਿਹਾ ਆ ਉਹ ਭਾਈ ਤੂੰ ਮੈਨੂੰ ਜੁਗਤ ਨਾ ਕਰ ਤੇਰੀ ਮਿਹਰਬਾਨੀ ਰਾਜਾ ਸਾਹਿਬ ਨਾਲ ਗੱਲ ਕਰ ਅੱਗੇ ਅਸੀਂ ਬੜੇ ਪਰੇਸ਼ਾਨ ਹੈਗੇ ਆ ਨਹੀਂ ਕੀ ਗੱਲ ਕੀ ਅੱਜ ਗੱਲ ਕੀ ਦੱਸਾਂ ਯਾਰ ਮੈਂ ਆ ਮੱਲੇ ਨੂੰ ਪਤਾ ਨਹੀਂ ਕੀ ਹੋ ਗਿਆ ਚੰਗੇ ਬੱਲੇ ਤੁਹਾਨੂੰ ਪਤਾ ਸੀ ਨਿੱਕੇ ਨਿੱਕੇ ਹੁੰਦੇ ਸੀ ਜਵਾਨ ਹੋਏ ਤੇਰੇ ਸਾਹਮਣੇ ਆ ਸਾਡਾ ਮਾਂ ਪਿਓ ਤੇਰੇ ਸਾਹਮਣੇ ਲੇਕਿਨ ਮੈਨੂੰ ਨਹੀਂ ਸਮਝ ਆਉਂਦੀ ਇਸ ਮੱਲੇ ਨੂੰ ਕੀ ਹੋ ਗਿਆ ਚੰਗੇ ਭੱਲੇ ਅਸੀਂ ਰਹਿੰਦੇ ਸੀ ਅੱਗੋਂ ਚੰਦ ਇੱਕ ਘਰ ਆਏ ਆ ਵਿੱਚ ਹੁਣ ਇਤਫਾਕ ਨਹੀਂ ਹੋ ਰਿਹਾ ਆਏ ਆਏ ਹੁਣ ਨਹੀਂ ਹੋ ਰਿਹਾ ਇਤਫਾਕ ਨੋ ਨੋ ਮੈਂ ਜਦੋਂ ਸਵੇਰੇ ਆਉਣ ਡਿਆ ਨਾ ਤੇ ਆ ਰਸਤੇ ਦੇ ਵਿੱਚ ਨਹੀਂ ਉਹ ਜਿਨ੍ਹਾਂ ਦਾ ਉਹ ਲੀਲਾਵਾਰ ਬੰਨੇ ਹੁੰਦਾ ਹਾਂ ਉਹ ਉਹਨਾਂ ਦੀਆਂ ਔਰਤਾਂ ਬੰਦਿਆਂ ਨੂੰ ਇੱਦਾਂ ਸ਼ੁਰੂ ਹੋਈਆਂ ਠੀਕ ਹੈ ਮੈਂ 2 ਮਿੰਟ ਖਲੋਤਾ
तू यकीन कर मेरे को ना देख ही नहीं हुई लड़ाई। नहीं हुण ओह राजे मैं कह यार किथे गया वो अदब किथे गया आराम नहीं तो इंज हुंदा सी कि मास्टर औरत दी आवाज जिहड़ी है ना बार नहीं सुनती थी मावां डरदियां बच्चे नूं आवाज नहीं सी दिंदियां ते किसे गैर मर्द दी कान्न च साडी आवाज ना बैठ जांदी। हुण जिहड़ी गल आ वी साडे देखदे आ असीं इदां करदे हुंदे सी कि बच्चियां ने तंग करना ना ते बच्चियां नूं मावां ने डरावा देना बे दौड़ जाओ बे बाजे वाले आ गए बाजे वाले कहड़ा बहू है यार बच्चियां ने कदी कंध च वज जाना है कोई बच्चे नूं ठेडा लगना ओहदा बुल पाट जाना यानी इन्ने बाजे वाले तो डर बाजे अज की दौर आ ओही बच्चे जेडे डरदे सी ओही बच्चे बाजे वाले नूं बट्टे मारदे बाजे वाले शैतान है यार बाजे वाले तो नहीं डरौंदियां सी कहंदियां सी बहू आना ਬਹੁਤ ਤੋਂ ਨਿਆਣੇ ਡਰ ਜਾਂਦੇ ਹੁੰਦੇ ਸੀ ਨਹੀਂ ਯਾਰ ਮੈਂ ਦੇਖਿਆ ਬਾਜੇ ਵਾਲੇ ਦੇਖ ਲਿਆ ਆਪਣੇ ਗੱਲ ਜਾ ਰਹੇ ਸੀ ਤੇ ਉਹ ਕਿਤੇ ਵੈਗਨ 'ਚ ਬੈਠੇ ਤੇ ਉਹ ਨਿਆਣੇ ਨਾ ਉਹ ਹੀ ਨਿਆਣੇ ਜਿਹੜੇ ਡਰਦੇ ਹੁੰਦੇ ਆ ਜਿਹੜੇ ਜਵਾਨ ਹੋ ਗਏ ਮੁੜ ਹਾਂ ਉਹ ਇੰਨੇ ਵੱਟੇ ਮਾਰਨ ਬੱਚਿਆਂ ਨੂੰ ਉਹ ਤਾਂ ਬਾਜੇ ਵਾਲੇ ਨੂੰ ਸ਼ਤਾਨ ਸਮਝਦੇ ਸੀ ਦੇਖ ਲਾ ਰਾਜਾ ਦੇਖ ਲਾ ਨਹੀਂ ਮੈਂ ਨਹੀਂ ਕਹਿੰਦਾ ਦੇਖ ਲਾ ਮੈਂ ਨਹੀਂ ਕਹਿੰਦਾ ਤੂੰ ਗੱਲ ਨਹੀਂ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਕਹਿੰਦਾ ਮੈਂ ਦੌਰ ਦੀ ਗੱਲ ਕਰਦਾ ਆ ਵੀ ਮਾਸਟਰ ਹੁਣ ਦੌਰ ਦਫਾ ਹੁਣ ਤੈਨੂੰ ਦੇਰ ਨਹੀਂ ਹੁੰਦੀ ਤੈਨੂੰ ਦਾਵਾ ਇਨਸਾਨ ਹੋਣ ਦਾ ਕੀਤਾ ਲੱਗਦਾ ਨਹੀਂ ਨਹੀਂ ਕਚਹਿਰੀ ਹੁੰਦਾ ਆ ਮੇਰੀ ਸ਼ੇਪ ਤਾਂ ਆ ਮੈਂ ਤਾਂ ਸਹੀ ਇੱਥੇ ਕੀ ਹੋ ਗਿਆ ਮੈਂ ਤਾਂ ਸਹੀ ਨਹੀਂ ਕੀ ਗੱਲ ਕੀ ਅੱਜ ਅੱਜ ਮੱਲੇ ਦੇ ਬਸ ਮੱਲਾ ਖਰਾਬ ਹੋ ਗਿਆ ਤੈਨੂੰ ਮੈਂ ਦੱਸ ਮੱਲਾ ਖਰਾਬ ਹੋ ਗਿਆ ਰਾਜਾ ਨਹੀਂ ਹੁਣ ਉਹ ਨਾ ਨਾ ਸਿਆਣੇ ਦੀ ਇੱਜ਼ਤ ਰਹੀ ਨਾ ਇੱਥੇ ਨਹੀਂ ਰਹੀ ਗੱਲ ਵਾਲੇ ਬੰਦੇ ਦੀ ਇੱਜ਼ਤ ਰਹੀ ਜਿਹਦਾ ਮਾਨਾ ਹੈ ਉਹ ਮੱਲਾ ਹੁੰਦਾ ਸੀ ਹਾਏ ਹਾਏ ਜਦੋਂ ਗਲੀ 'ਚ ਲੰਘਣਾ ਯਕੀਨ ਕਰ ਵਰਦੀ ਪਾ ਕੇ ਹਾਂ ਕਈਆਂ ਬੁੱਢੀਆਂ ਨੇ ਆਵਾਜ਼ਾਂ ਲੈਣੀਆਂ ਵੀ ਭਾਗ ਆਮਿਆ ਜ਼ਕਾਤ ਲੈ ਜਾ ਜ਼ਕਾਤ ਯਾਰ ਜ਼ਕਾਤ ਕਿਹਨੇ ਉਹ ਬਾਜੇ ਵਾਲੇ ਜ਼ਕਾਤ ਹੀ ਲੈਂਦੇ ਹੋਰ ਬਾਜੇ ਵਾਲੇ ਬੜੇ MNA ਸੀ MPA ਸੀ ਵੀ ਨਾਜ਼ਮ ਸੀ ਉਹ ਮਸਕੀਨ ਲੋਕ ਹੁੰਦੇ ਸੀ ਜਿਹੜੇ ਲੰਬੜਦਾਰ ਪਿੰਡ ਦੇ ਹੁੰਦੇ ਸੀ ਉਹ ਕਣਕਾਂ ਦੇ ਦਿੰਦੇ ਹੁੰਦੇ ਸੀ ਹੈ ਮਰੇ ਬੰਦੇ ਨੇ ਕੱਪੜੇ ਦੇ ਦੇਣੇ ਠੀਕ ਹੈ ਕਿ ਨਹੀਂ ਤੇ ਹੋਰ ਕੀ ਕੀ ਬਾਜੇ ਵਾਲੇ ਨੂੰ ਬਾਜੇ ਵਾਲੇ ਮਸਕੀਨ ਤੇ ਨਾਈ ਕਦੋਂ ਆੜਤ ਕੇ ਹੁੰਦੇ ਆ ਨਾਈ ਵੀ ਇਦਾਂ ਹੀ ਆ ਸੇਪੀਆਂ ਕਰਦੇ ਆ ਲੋਕਾਂ ਦੀਆਂ ਸ਼ੇਪਾਂ ਉਹ ਜਾਣਦੇ ਸਾਲ ਸਾਲ ਸ਼ੇਪਾਂ ਕਰਦੇ ਨਾਈਆਂ ਤੇ ਜਿੰਨਾ ਤਮਾਦ ਇਹਨਾਂ ਨੇ ਕੀਤਾ ਹੈ ਤੈਨੂੰ ਪਤਾ ਬਰੀ ਵਾਲਾ ਟਰੰਕ ਜਿਹੜਾ ਨਾਈ ਕੋ ਹੁੰਦਾ ਸੀ ਬਰੀ ਵਾਲਾ ਬੜਾ ਤੇ ਬਰੀ ਕਿੰਨੇ ਦੀ ਹੁੰਦੀ ਸੀ ਵੇਚੀ ਉਹਦੇ ਜ਼ੇਵਰ ਹੁੰਦਾ ਸੀ ਹੈ ਕਾਂਟੇ ਹੁੰਦੇ ਸੀ ਵੇਚੀ ਉਹਦੇ ਸਾਰਾ ਲਮਾਜ਼ਮਤ ਕੁੜੀ ਦੇ ਬੱਚੀ ਦੇ ਕੱਪੜੇ ਹੁੰਦੇ ਸੀ ਬੜੀ ਜ਼ਿੰਮੇਵਾਰੀ ਉਹ ਟਰੰਕ ਜਿਹੜਾ ਨਾ ਪੂਰੀ ਬਰਾਤ ਨਾਲੋਂ ਕੀਮਤੀ ਹੁੰਦਾ ਸੀ ਤੁਹਾਡੇ ਨਾਲੋਂ ਅਸੀਂ ਨਹੀਂ ਚੰਗੇ ਸਾਰਾ ਬੋਝ ਤੁਸੀਂ ਚੁੱਕਿਆ ਹੁੰਦਾ ਸੀ ਅੱਗੇ ਸੋਹਣਾ ਅੱਗੇ ਡਾਂਡਣਾ ਡਾਂਡਾ ਕਰਕੇ ਐਂ ਕਰਕੇ ਪੈਸੇ ਜੇਬ 'ਚ ਪਾ ਕੇ ਆਪਣੇ ਘਰ ਅਤੇ ਸਾਡਾ ਕੰਮ ਤੁਹਾਡੇ ਨਾਲ ਠੀਕ ਨਹੀਂ ਤਸ਼ੱਦਦ ਵੀ ਤਾਂ ਤੁਹਾਡੇ ਨਾਲ ਹੁੰਦਾ ਤਸ਼ੱਦਦ ਬੜਾ ਹੁੰਦਾ ਬਸ ਸਾਨੂੰ ਕੋੜੇ ਮਾਰਦੇ ਲੋਕ ਉੱਥੇ ਤੁਹਾਨੂੰ ਕੀ ਪਤਾ ਵੱਟਾ ਕਿੱਥੋਂ ਆਇਆ ਤੁਸੀਂ ਬੰਦਾ ਹੀ ਨਹੀਂ ਲੱਗਦਾ ਕੌਣ ਮਾਰਦਾ ਵੱਟਾ ਯਾਰ ਵੱਟਾ ਅਸੀਂ ਵੱਟੇ ਖਾਣ ਵਾਲੇ ਲੱਗਦੇ ਤੁਹਾਨੂੰ ਇਸ ਮੁਹੱਲੇ ਦਾ ਬੇੜਾ ਗਰਕ ਕੀਤਾ ਆ ਸਿਰਫ ਤੁਹਾਡੇ ਵਰਗੇ ਹਾਂ ਸਾਡੇ ਵਰਗੇ ਨੇ ਇਹ ਉਹ ਮੁਹੱਲਾ ਸੀ ਮਾਨਾ ਇਹ ਇੱਦਾਂ ਦਾ ਰੌਣਕੀ ਮੁਹੱਲਾ ਸੀ ਮੈਂ ਕਹਿੰਦਾ ਮਜ਼ੇ ਆ ਜਾਣੇ ਯਕੀਨ ਕਰ ਰਮਦਾਨ ਜਦ ਸ਼ੁਰੂ ਹੋਣਾ ਆਦਤ ਤੇਰੇ ਸਿਆਣੇ ਪੀਪਾ ਲੈ ਕੇ ਮੰਗਦੇ ਹੁੰਦੇ ਪੂਰੇ ਮੁਹੱਲੇ ਦੇ ਵਿੱਚ ਉਹਨੇ ਪੀਪਾ ਲੈ ਕੇ ਤੇਰੇ ਪਿਓ ਨੇ ਮੰਗਣਾ ਹੈ ਬਲੈਤੀ ਨੇ ਤੇਰਾ ਪਿਓ ਬੜਾ ਇੱਥੇ ਰਾਸ਼ਨ ਤਕਸੀਮ ਕਰਦਾ ਸੀ ਉਹ ਵੀ ਮਸਕੀਨ ਇੱਦਾਂ ਸੀ ਸਾਲ ਬਾਅਦ ਕਦੇ ਇੱਕ ਦੇਗ ਲਾਉਣ ਜਾਂਦਾ ਹੁੰਦਾ ਸੀ ਨਹੀਂ ਨਹੀਂ ਸਾਲ ਬਾਅਦ ਕਿਉਂ ਯਾਰ ਦੇਗਾਂ ਤਾਂ ਹੁਣ ਹਰ ਵਿਆਹ 'ਤੇ ਬਸ ਰਾਜਾ ਨੇ ਦੁਨੀਆ ਹੀ ਰਹਿਣ ਦੇ ਕਾਬਲ ਨਹੀਂ ਰਹੀ ਇਹ ਦੁਨੀਆ ਨਾ ਖਤਮ ਹੋਣ 'ਤੇ ਆਈ ਨਹੀਂ ਪਤਾ ਕੀ ਗੱਲ ਆ ਤੈਨੂੰ ਚਾਹੀਦਾ ਮਾਸਟਰ ਤੂੰ ਮੁਹੱਲਾ ਛੱਡ ਦੇ ਕਿਉਂ ਯਾਰ ਨਹੀਂ ਤੇਰਾ ਮੁਹੱਲੇ 'ਚੋਂ ਰਹਿਣਾ ਬਣਦਾ ਨਹੀਂ ਹੈ ਯਾਰ ਸਾਡੇ ਦਾਦਕੇ ਨਾਨਕੇ ਸਾਰਾ ਸੀ ਜੰਮੇ ਬਲੇ ਉਹ ਚਲ ਗਏ ਆ ਦੁਨੀਆ ਛੱਡ ਗਏ ਆ ਤੂੰ ਵੀ ਛੱਡ ਕੀ ਲੈਣਾ ਇੱਥੋਂ ਇਸ ਮੁਹੱਲੇ ਦੇ ਵਿੱਚ ਗੱਲ ਪਤਾ ਕੀ ਆ ਹੁਣ ਜਿਹੜਾ ਨਾ ਵੱਡੇ ਛੋਟੇ ਦਾ ਇਤਰਾਮ ਜਿਹੜਾ ਨਾ ਉਹ ਭੁੱਲ ਗਿਆ ਅੱਲਾ ਕਰੇ ਤੇਰਾ ਭਲਾ ਹਾਂ ਆਪ ਹੀ ਮਲੰਗੀ ਲੈ ਕੇ ਨਹੀਂ ਗਿਆ ਬਰਤਨ ਤੂੰ ਰਾਜਾ ਭਾਂਡੇ ਤਾਂ ਮੈਂ ਲੈ ਗਿਆ ਸੀ ਇਹ ਰਾਜਾ ਤੂੰ ਦੁਕਾਨ ਚਲਾਉਣੀ ਆ ਕਿ ਨਹੀਂ ਕੀ ਗੱਲ ਕੀ ਹੋਈ ਆ ਇੱਥੇ ਫਜ਼ੂਲ ਬੰਦੇ ਨਾ ਪਾਇਆ ਕਰ ਦੁਕਾਨ 'ਤੇ ਆਪਣੀ 'ਤੇ ਆਹੀ ਸਮਝ ਫਜ਼ੂਲ ਬੰਦਿਆਂ ਨੂੰ ਪਰਹੇਜ਼ ਕਰਾ ਦੇ ਇੱਥੇ ਇੱਥੇ ਲਿਖ ਕੇ ਲਾ ਦੇ ਫਜ਼ੂਲ ਬੰਦਾ ਨਾ ਬੜੇ ਦੁਕਾਨ 'ਚ ਫਜ਼ੂਲ ਬੰਦਾ ਗੌੜਾ ਵੀ ਇੱਥੇ ਬੈਠਾ ਉਹਨੇ ਤੇਰੀ ਗੱਲ ਨਹੀਂ ਕਰਨ ਡਿਆ 30 ਰੁਪਈਆ ਸ਼ੇਪ ਦੇ ਦੇ ਕੇ 3-3 ਘੰਟੇ ਪੱਖਾ ਸੇਕਦੇ ਰਹਿੰਦੇ ਪੱਖਾ ਤੇਰੀ ਖੈਰ ਹੋ ਜੇ ਇਹ ਮੈਂ ਗੱਲ ਸੋਚ ਰਿਹਾ ਸੀ ਕੱਢਿਆ ਕਰ ਇਦਾਂ ਦੇ ਬੰਦਿਆਂ ਨੂੰ ਹਾਂ ਨਹੀਂ ਮੈਂ ਅੱਜ ਤੋਂ ਬਾਅਦ ਇਹ ਗੱਲ ਤੇਰੀ ਜ਼ਿਹਨ 'ਚ ਰੱਖਦਾ 60 ਰੁਪਈਆ ਯੂਨਿਟ ਹੋਇਆ ਆ 60 ਰੁਪਈਏ ਹੋਇਆ 60 ਰੁਪਏ ਯੂਨਿਟ ਹੋਇਆ ਆ ਬੰਦਾ ਇੰਤਜ਼ਾਰ ਦੇ ਵਿੱਚ 4 ਯੂਨਿਟ ਜਿਹੜੇ ਜ਼ਾਇਆ ਕਰ ਜਾਂਦਾ
ਹੁਣ ਸੱਟਾਂ ਨਾਲ ਲਾਲਾ ਸਾਹਿਬ ਕਿੰਨੇ ਪੈਸੇ ਬਣਦੇ ਆ ਤੇ ਸ਼ੇਪ ਦਾ ਕੀ ਦੇਣਾ ਲੈ ਫਿਰ ਆ ਜਾ ਮੈਨੂੰ ਜਾ ਓ ਯਾਰ ਤੂੰ ਤਾਂ ਬਹਿ ਜਾ ਕੀ ਮਿੰਟ ਬਾਅਦ ਉੱਡ ਜਾ ਮਾਸਟਰ ਬਹਿ ਜਾ ਕਰਕੇ ਓ ਬਸ ਯਾਰ ਮੇਰਾ ਦਿਲ ਨਹੀਂ ਲੱਗਣ ਡਿਆ ਮੈਂ ਕਹਿੰਦਾ ਮੈਂ ਜਾਵਾਂ ਲੱਗ ਜਾਏਗਾ ਦਿਲ ਤੇਰਾ ਰਾਜਾ ਇਹ ਜੋ ਵਿਹਲਾ ਬੰਦਾ ਤੇਰੇ ਕੋਲ ਹੀ ਬਹਿੰਦਾ ਆ ਕੇ ਬਸ ਯਾਰ ਮੱਲੇਦਾਰੀ ਜੋ ਹੋਈ ਆ ਯਾਰ ਵਿਹਲਾ ਕਿਹੜਾ ਇੱਥੇ ਉਹ ਤੇਰੀ ਗੱਲ ਨਹੀਂ ਕਰਨ ਡਿਆ ਮਹਾਰਾਜ ਇਹਦਾ ਮਤਲਬ ਇਹ ਰਾਜੇ ਨੂੰ ਕਹਿਣ ਡਿਆ ਵਿਹਲਾ ਉਹਦੀ ਤਾਂ ਦੁਕਾਨ ਆ ਉਹਨੂੰ ਤਾਂ ਬਹਿਣਾ ਹੀ ਆ ਫਿਰ ਵਿਹਲਾ ਤਾਂ ਮੈਂ ਹੀ ਹੋਇਆ ਤੇ ਨਾਲੇ ਕੰਮ ਵੱਲ ਵੀ ਧਿਆਨ ਦਿਆ ਕਰ ਤੇ ਮੱਲੇ ਵੱਲ ਵੀ ਧਿਆਨ ਦਿਆ ਕਰ ਆ ਮੱਲੇ 'ਚ ਕੀ ਹੋਣ ਡਿਆ ਤੂੰ ਖਬਰ ਲਈ ਆ ਕੀ ਹੋਇਆ ਕੀ ਆ ਇੱਕ ਹੋਇਆ ਹੋਵੇ ਕੰਮ ਤੇ ਤੈਨੂੰ ਮੈਂ ਦੱਸਾਂ ਕੀ ਰੌਲਾ ਕੀ ਆ ਅਸਲ ਦੱਸਾਂ ਫਿਰ ਤੈਨੂੰ ਕਿਉਂਕਿ ਮੈਂ ਅੱਜ ਜਦੋਂ ਟੁਰਿਆ ਆ ਰਿਹਾ ਸੀ ਨਾ ਤਾਂ ਮੈਨੂੰ ਉਹ ਮੁੰਡਾ ਨਹੀਂ ਹੈਗਾ ਮਾਨੀ ਮਾਨੀ ਉਹਨੇ ਕਿਹਾ ਅੱਜ ਰਾਜਾ ਤੇਰੇ ਹਮਾਮ ਤੇ ਪਚੈਰ ਗੱਠੀ ਹੋਣੀ ਲੱਗਣੀ ਆ ਇੱਥੇ ਲੈ ਫਿਰ ਰਾਜਾ ਮੈਂ ਚੱਲਦਾ ਪਚੈਰ ਲੈ ਓ ਯਾਰ ਬਹਿ ਜਿਆ ਕਰ ਤੂੰ ਤੈਨੂੰ ਆਪਣੀ ਪਈ ਆ ਇੱਥੇ ਫਿਰ ਖਜਾਉਣ ਡਿਆ ਰਾਜਾ ਹੱਥ ਤਾਂ ਹੌਲੀ ਰੱਖ ਯਾਰ ਅਬ ਗੱਲ ਹੋਣ ਡਈ ਆ ਤੂੰ ਗੱਲ ਸੁਣ ਲੈ ਅੱਛਾ ਫੇਰ ਗੱਲ ਪਤਾ ਰਾਜਾ ਕੀ ਆ ਉਹ ਜਾਕਾ ਨਹੀਂ ਆਹੋ ਉਹ ਇਹਦੇ ਦੋ ਮਕਾਨ ਆ ਹਾਂ ਹਾਂ ਉਹਦੇ ਚਬਾਰੇ ਤੇ ਆਇਆ 4 ਜੀ ਆਹੋ ਖਵਾਜਾ ਜ਼ਰਾ ਆਏ ਗੁਜ਼ਰੇ ਕਿਰਾਏ ਤੇ ਰਹਿੰਦੇ ਜਿਹੜੇ ਹਾਂ ਇਹ ਟੋਲੀ ਟੋਲੀ ਕੱਢਦੇ ਉੱਥੋਂ ਕਹਿੰਦੇ ਨਿਕਲਦੇ ਆ ਉੱਥੋਂ ਇਹ ਦੇਖ ਇਸ ਮਹੱਲੇ 'ਚ ਇਹੀ ਜ਼ਿੰਦਗੀ ਗੁਜ਼ਾਰੀ ਆ ਕਦੀ ਕਿਸੇ ਲੱਖ ਭਰ ਕੇ ਨਹੀਂ ਵੇਖੀ ਆ ਅਸੀਂ ਕੀ ਲੈਣਾ ਉਹਨਾਂ ਤੋਂ ਵਿਚਾਰੇ ਆਪਣੀ ਰੋਜ਼ੀ ਕਮਾਉਂਦੇ ਆ ਕੀ ਲੈਣਾ ਯਾਰ ਅਸੀਂ ਉਹਨਾਂ ਤੋਂ ਰਾਜਾ ਸਾਡਾ ਕੀ ਉਹਨਾਂ ਨਾਲ ਕੰਮ ਆ ਰਾਜਾ ਉਹ ਤੇਰੇ ਨਾਗ ਮਾਸਟਰ ਜਦੋਂ ਗੱਲ ਕਰਨ ਜੋ ਲਿਆ ਆ ਕਰੀ ਜਾਂਦੇ ਤੇ ਤੂੰ ਫਿਰ ਆਪਣਾ ਮੂੰਹ ਬੰਦ ਰੱਖ ਅੱਛਾ ਫੇਰ ਰਾਜਾ ਕਦੀ ਸਾਡਾ ਵਾਲਾ ਮਾਇਆ ਹੋਵੇ ਨਹੀਂ ਆਇਆ ਕਦੀ ਜ਼ਿੰਦਗੀ 'ਚ ਨਹੀਂ ਆਇਆ ਇੱਥੇ ਜਿਹੜੀ ਅਜੇ ਹਰਕਤ ਹੋਈ ਆ ਮੱਲੇ 'ਚ ਪੋਲੋ ਫਰੀਟੋ ਹੋ ਰਿਹਾ ਤੂੰ ਧਿਆਨ ਨਹੀਂ ਕਰ ਰਿਹਾ ਇਹ ਕਦੋਂ ਦਾ ਵਾਕਿਆ ਹੈ ਇਹ ਵਾਕਿਆ ਮੈਂ ਤੁਹਾਨੂੰ ਦੱਸਦਾ ਹੀ ਪੋਲੋ ਫਰੀਟ ਤੇ ਕਰਨ ਵਾਲਾ ਕੌਣ ਆ ਕੌਣ ਆ ਕੌਣ ਆ ਬਾਜੇ ਵਾਲਾ ਕੌਣ ਐਵੇਂ ਨਾ ਕਿਸੇ ਤੇ ਇਲਜ਼ਾਮ ਲਾਈਦਾ ਅੱਛਾ ਮੈਂ ਤੇ ਤੇ ਇਲਜ਼ਾਮ ਲਾਉਂਦਾ ਇਲਜ਼ਾਮ ਲਾਉਂਦਾ ਤੂੰ ਅੱਛਾ ਮੈਂ ਵੀ ਕਹਿਣਾ ਜਦੋਂ ਮੋਦਰੋਂ ਨਿਕਲਦਾ ਹੁੰਦਾ ਸੀ ਨਾ ਸਵੇਰੇ ਆਉਣਾ ਹੁੰਦਾ ਸੀ ਹਾਂ ਇਹ ਮੂੜਾ ਡਾ ਕੇ ਬਾਹਰ ਬੈਠਾ ਹੁੰਦਾ ਸੀ ਤੇ ਮੈਂ ਇਹਨੂੰ ਕਹਿਣਾ ਮੈਂ ਕਹਿੰਦਾ ਯਾਰ ਇਹਨੇ ਕਿਹੜਾ ਕੋਈ ਕੁੱਤਾ ਛੱਡਿਆ ਆ ਜਾਂ ਬਾਹਰ ਕੋਈ ਬੱਕਰੀ ਬੰਨੀ ਆ ਜਾਂ ਇਹ ਕੋਈ ਧਿਆਨ ਰੱਖਣਾ ਕੋਈ ਗੱਲ ਵੀ ਐਸੀ ਨਹੀਂ ਸੀ ਰਾਜਾ ਬੱਤੀ ਬੰਦ ਹੁੰਦੀ ਆ ਬੰਦਾ ਜਦੋਂ ਹੁਣ ਨਾ 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 ਉਦੋਂ ਬੱਤੀ ਬੰਦ ਨਹੀਂ ਹੋਈ ਸੀ ਜਦੋਂ ਮੂੜਾ ਬਾਹਰ ਰੱਖਿਆ ਸੀ ਉਹ ਸਾਡੀ ਹੋਈ ਸੀ ਉਦੋਂ ਔਰ ਰਾਜਾ ਜੈਕੇ ਕਰਦਾ ਹੀ ਬਾਹਰ ਬਹਿ ਕੇ ਅੱਛਾ ਮੈਨੂੰ ਪਤਾ ਹੀ ਇਹ ਜੈਕੇ ਕਰਦਾ ਹੀ ਅੱਖ ਕਮਾਉਂਦਾ ਹੀ ਡੇਲੇ ਕਮਾਉਂਦਾ ਹੀ ਇਹ ਹਾਂ ਮੈਂ ਤਾਂ ਕਿਤੇ ਔਖੇ ਨਾ ਰੱਖੇ ਆ ਇਹਨੇ ਨਹੀਂ ਤੇਰਾ ਹੱਕ ਬਣਦਾ ਇਸ ਉਮਰੇ ਤੂੰ ਯਾਰ ਮੈਂ ਕਦੋਂ ਡੇਲੇ ਕਮਾਵੇਂ ਰਾਜਾ 10 ਮਿੰਟ ਤੋਂ ਕਸਮ ਲੱਗੇ ਮੈਂ ਹੋ ਜਾਏਗਾ ਯਾਰ ਉਹ ਵੀ ਕਿਸੇ ਦੇ ਧੀ ਪੋਤਾ ਮੈਂ ਬੁਲਾਵਾਂ ਫੇ ਬਬਲੀ ਨੂੰ ਰਾਜਾ ਮੈਂ ਬਬਲੀ ਨੂੰ ਇੱਥੇ ਉਹ ਬਸ ਇੱਥੇ ਕੀ ਕੰਮ ਹੋਦਾ ਬਬਲੀ ਦਾ ਕੀ ਕੰਮ ਇੱਥੇ ਬਬਲੀ ਨੂੰ ਮੈਂ ਬੁਲਾਉਣਾ ਉਹ ਬਸ ਬਸ ਰਾਮ ਨਾ ਭਾਈਆ ਲੱਭ ਰਾਜਾ ਮੈਂ ਚੱਲਾਂ ਮੈਨੂੰ ਸੁਨੇਹਾ ਆਇਆ ਸੀ ਉਹ ਮਦਸਰ ਨਹੀਂ ਮੁੰਡਾ ਉਹਨੇ ਕਿਹਾ ਸੀ ਕਿ ਬਬਲੀ ਨੇ ਕੋਈ ਗੱਲ ਕਰਨੀ ਬਬਲੀ ਉਹਨਾਂ ਚ ਕਿਹੜੀ ਆ ਬਬਲੀ ਉਹ ਜਿਹੜੀ ਛੋਟੀ ਜੀ ਨਹੀਂ ਉਹ ਖੂਬਸੂਰਤ ਵਾਲਾਂ ਵਾਲੀ ਉਹ ਜਿਹੜੇ ਕੁੰਡਲਾ ਜਿਹਾ ਵਾਲੇ ਵਾਲ ਜਦੋਂ ਮੈਨੂੰ ਦੋ ਵਾਰੀ ਉਹ ਮਿਲੀ ਹੈ ਤੇ ਮੈਂ ਨੀਵੀਂ ਪਾ ਲਈ ਆ ਉਹ ਚੰਗਾ ਟੁਕਾ ਲਾ ਮਹੱਲੇ ਦੇ ਵਿੱਚ ਤੂੰ ਨੀਵੀਂ ਕਾਹਦੀ ਬਾੜੀ ਤੇਰੀ ਸਾਫ ਨਹੀਂ ਯਾਰ ਮੈਂ ਭੈਣਾ ਸੀ ਮਹੱਲੇ ਦੇ ਵਿੱਚ ਇਹ ਭੈਣਾ ਕਾਹਦੀ ਅਸੀਂ ਉਹਨਾਂ ਨੂੰ ਬੁਲਾਈਏ ਅਗਲੇ ਨੇ ਕਹਿਣਾ ਪਤਾ ਨਹੀਂ ਕਿਉਂ ਰਾਜਾ ਬੁਲਾਉਣ ਡਿਆ ਇਹਨਾਂ ਨੂੰ ਰਾਜਾ ਮੇਰੀ ਗੱਲ ਸੁਣ ਲਾ ਐਵੇਂ ਇਹਨੇ ਇਲਜ਼ਾਮ ਠੋਕਣ ਡਿਆ ਇਹ ਬੰਦਾ ਗਲਤ ਹੈਗਾ ਇਹਦੇ ਕੋਲ ਚਾਹ ਚੂਨਾ ਮੰਗਾਇਆ ਕਰ ਇਹਦੇ ਕੋਲ ਚਾਹ ਪੀਣਾ ਵੀ ਮੇਰਾ ਗੁਨਾਹ ਹੈ ਤਾਂ ਦੱਸਾਂ ਮੈਂ ਚਾਹ ਜੀ ਨੀਲਾ ਧੋਤਾ ਪਾਉਣਾ ਤੂੰ ਚੁਗਲ ਖੋਰ ਆ ਤੇਰਾ ਕੀ ਕੰਮ ਆ ਤੇ ਤੂੰ ਮਾਰ ਖੋਰ ਆ ਤੂੰ ਵੀ ਚੁਗਲ ਖੋਰ ਹੀ ਆ ਮੈਂ ਨਹੀਂ ਚੁਗਲ ਖੋਰ ਰਾਜਾ ਆ ਜਿਹੜੀ ਵਰਦੀ ਪਾਈ ਇਹ ਵਰਦੀ ਪਾ ਕੇ ਕਿਸੇ ਦੇ ਰੋਬ ਨਾ ਪਾਇਆ ਕਰ ਮਾਸਟਰ ਆ ਐਵੇਂ ਤੂੰ ਇਹ ਵਰਦੀ ਦੇ ਸਿਰ ਤੇ ਨਾ ਬੜਾ ਤੂੰ ਆਕੜਨਿਆ ਆ ਇਹ ਵਰਦੀ ਕਿਸੇ ਮਹਿਕਮੇ ਦੀ ਨਹੀਂ ਹੈਗੀ ਇਹ ਵਰਦੀ ਵੱਟੇ ਛੱਟੇ ਖਾਣ ਵਾਲੀ ਦਬਕੇ ਖਾਣ ਵਾਲੀ ਆ ਚੁੱਪ ਕਰ ਜਾ ਬਸ ਰਾਜਾ ਅੱਜ ਇੱਥੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਦੁੱਧ ਦੀ ਪਾਣੀ ਦੀ ਗੱਲ ਕਰੀਏ ਜਿਹੜਾ ਤੇਰਾ ਕੰਮ ਆ ਹੋਰ ਕੋਈ ਕੰਮ ਨਾ ਕਰੀ ਕੰਨੀ ਸੁਣੀ ਤੇ ਅੱਖੀਂ ਦੇਖੀ ਬਬਲੀ ਇੱਥੇ ਸਾਰਾ ਬਿਆਨ ਕਰੇਗੀ ਯਾਰ ਬਬਲੀ ਦਾ ਇੱਥੇ ਕੀ ਕੰਮ ਆ ਚਾਰ ਮੋਰਚੇ ਦੇ ਬੰਦੇ ਬੈਠੇ ਆ ਕੋਈ ਗੱਲ ਨਹੀਂ ਬਬਲੀ ਆ ਜਾਏਗੀ ਤੇ ਫਿਰ ਕਿਹੜੀ ਗੱਲ ਰਾਜਾ ਛੁਰਲ ਪਟਾਕੇ ਦੀ ਤਿਆਰੀ ਚ ਆ ਮੈਨੂੰ ਪਤਾ ਹੈਗਾ ਹੈ ਜਿਹੜਾ ਹਾਂ ਬਈ ਆ ਛੁਰਲ ਪਟਾਕਾ ਛੁਰਲ ਪਟਾਕੇ ਹਾਲਾਂਕਿ ਛੁਰਲ ਪਟਾਕੇ ਇਹਨਾਂ ਦੇ ਪੈਰਾਂ 'ਚ ਰੱਖ ਕੇ ਇਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਹੈਗਾ ਜਦੋਂ ਅੱਗ ਲਾ ਕੇ ਚੱਲ ਜਾਂਦੇ ਆ ਉਦੋਂ ਫੇਰ ਜੇ ਤੜਫਦੇ ਆ ਜਿਵੇਂ ਨਾ ਘਿਓ ਵਾਲੇ ਪਤੀਲੇ ਜਿਹਨਾਂ ਨੂੰ ਗੋਤਾ ਦੇ ਦਿੱਤਾ ਹੈ ਸਾਰੀ ਜ਼ਿੰਦਗੀ ਸਾਡੇ ਨਾਲ ਦੀ ਗੱਲ ਨਾ ਕਰੇ ਪਰ ਤੈਨੂੰ ਕੀ ਵਿਆਹ ਆ ਮੇਰੇ ਨਾਲ ਰਾਜਾ ਵਾਲਾ ਜੋੜ ਬੰਦੇ ਨਾ ਪਾਇਆ ਕਰ ਇੱਥੇ ਦੁਕਾਨ 'ਚ ਮੈਂ ਤੈਨੂੰ ਦੱਸ ਦਵਾਂ ਨਹੀਂ ਮੈਂ ਬੰਦੇ ਬਿਠਾਇਆ ਕਰਾਂਗਾ ਤੇ ਲੇਕਿਨ ਇਹ ਆ ਵੀ ਮੈਂ ਨਾ ਬਾਜੀ ਵਾਲੇ ਨਹੀਂ ਬਾਜੀ ਵਾਲੇ ਨਹੀਂ ਬਿਠਾਉਣੇ ਇਹ ਸਾਰੇ ਇਲਜ਼ਾਮ ਲਾਉਣਾ ਮੈਂ ਤੈਨੂੰ ਦੱਸਾਂ ਸਾਰੇ ਇਲਜ਼ਾਮ ਲਾਉਣ ਡਿਆ ਇਲਜ਼ਾਮ ਲਾਉਂਦੀ ਆ ਫੇ ਬਬਲੀ ਦੇਖ ਤੇਰਾ ਲਾਜ ਹੁੰਦਾ ਹਾਲੇ ਆ ਹੀ ਗਈ ਆ ਕੀ ਹਾਲ ਹੈ ਰਾਏ ਸਾਹਿਬ ਠੀਕ ਹੋ ਰਾਜਾ ਆ ਗਈ ਬਬਲੀ ਦੱਸ ਬਬਲੀ ਜਰਾ ਆਪਣੀ ਜ਼ਬਾਨੀ ਰਾਏ ਸਾਹਿਬ ਮੈਂ ਤੁਹਾਡੇ ਕੋਲ ਇੱਕ ਗੱਲ ਲੈ ਕੇ ਆਈ ਆ
ਕਰੋ ਗੱਲ ਤੁਸੀਂ ਖੁੱਲ ਕੇ ਗੱਲ ਕਰੋ ਰਾਜਾ ਸਾਹਿਬ ਇਹ ਬੰਦੇ ਦਾ ਮੈਂ ਕੀ ਚੁੱਕ ਲਿਆ ਮੈਨੂੰ ਪਹਿਲੇ ਇਹ ਦੱਸੋ ਕੀ ਹੋਇਆ ਕੀ ਆ ਰਾਜਾ ਸਾਹਿਬ ਰਾਤ ਨੂੰ 12 ਵਜੇ ਮੇਰਾ ਬੂਆ ਖੜਕਾ ਕੇ ਨਾ ਬੱਚੇ ਨੂੰ ਭੇਜ ਕੇ ਕਹਿੰਦਾ ਪਾਣੀ ਦੀ ਬੋਤਲ ਲੈ ਕੇ ਆ ਪਾਣੀ ਦੀ ਬੋਤਲ ਤੇ ਕੀ ਗੱਲ ਤੇ ਜੋ ਡਾਂਗਾ ਵੱਜ ਗਿਆ ਸੀ ਉਹਦੇ ਜੇ ਵੈਗਨ ਵੱਜ ਗਈ ਸੀ ਰਾਜਾ ਮੇਰੇ ਵੀ ਅੱਗੇ ਨਹੀਂ ਤੇਰਾ ਕੋਈ ਤੇਰਾ ਕੀ ਕੰਮ ਬਣਦਾ ਅੱਧੀ ਰਾਤ ਨੂੰ ਉਹਦਾ ਦਰਵਾਜ਼ਾ ਖੜਕਾ ਕੇ ਪਾਣੀ ਮੰਗਣ ਉਹ ਮੱਲੇਦਾਰੀ ਆ ਬੰਦੇ ਮੱਲੇਦਾਰੀ ਇਹ ਹੁੰਦੀ ਆ 12 ਵਜੇ ਕਿਸੇ ਦਾ ਦਰਵਾਜ਼ਾ ਖੜਕਾਓ ਤੇਰਾ ਕੀ ਗੱਲ ਪੰਪ ਖਰਾਬ ਸੀ ਜਾਂ ਤੇਰਾ ਘੜਾ ਚੋਰੀ ਹੋਇਆ ਜਿੱਜ ਪਾਣੀ ਸੀ ਏਡਾ ਚੱਲ ਉਹ ਕਰਿਆ ਕਰ ਜਿਹੜੀ ਕਰਨ ਵਾਲੀ ਆ ਉਹਦੇ ਤੂੰ ਵਰਦੀ ਇਸ ਵਰਦੀ ਸਮੇਤ ਪਾਣੀ ਮੰਗਣ ਡਿਆ ਇਹਨੂੰ ਕੋਈ ਕੁਝ ਦਿੰਦਾ ਆ ਉਹਨੂੰ ਮੈਂ ਵਰਦੀ ਪਾਈ ਸੀ ਉਹਨੂੰ ਤਾਂ ਮੈਂ ਆਪਣਾ ਧੋਤੀ ਪਾਈ ਸੀ ਤੇ ਕੁੜਤਾ ਪਾਇਆ ਸੀ ਕੁੜਤੀ ਇਹ ਕੁੜਤੂ ਕੋ ਧੋਤੀ ਲਾਈ ਸੀ ਆਪਣਾ ਮੱਲਾ ਦਾ ਡੱਕਾ ਫਸਿਆ ਸੀ ਨਾਲੀ ਦਾ ਜਿਹੜਾ ਤੂੰ ਕੱਢਣ ਡਿਆ ਸੀ ਪੂਰੀ ਗੱਲ ਕਰ ਤੂੰ ਪਬਲੀ ਜਿਹੜੀ ਹੈਗੀ ਆ ਤੇ ਰਾਜਾ ਸਾਹਿਬ ਦੂਸਰਾ ਨੰਬਰ ਰਾਤ ਨੂੰ ਬਹਿ ਕੇ ਉੱਥੇ ਤਾਸ਼ ਖੇਡਦਾ ਠੀਕ ਆ ਨਾਲੇ ਬੰਦਿਆਂ ਨਾਲ ਬਹਿ ਕੇ ਸ਼ਰਾਬ ਪੀਂਦਾ ਤਾਂ ਨੂੰ ਮੂੰਹ ਕਰਕੇ ਕਹਿੰਦਾ ਜਾਨ ਜਾਨ ਦਾ ਮਾਫੀ ਇਹਨੂੰ ਮੈਂ ਜਾਣ ਕਹਿਣਾ ਯਾਰ ਤੂੰ ਤੇ ਮਨੇਦਾਰੀ ਦੇ ਵਿੱਚ ਤੇ ਕੰਮ ਬਣਦਾ ਤਾਸ਼ ਓ ਰਾਜਾ ਇਹਨੂੰ ਮੈਂ ਜਾਣ ਕਹਿਣਾ ਯਾਰ ਉਹ ਤੇਰੇ ਮੂੰਹ ਤੇ ਉਹਨੂੰ ਕਿਉਂ ਕੀ ਕਹੀ ਜਾਂਦੇ ਉਹ ਤਾਂ ਬਦਨ ਕੀ ਥੜਾਇਆ ਹੋ ਇੱਡਾ ਕਿਤੇ ਜਾਨ ਇਹਨੂੰ ਕਹਿਣਾ ਤੂੰ ਕਹਿ ਨਹੀਂ ਸਕਦਾ ਇਹਨੂੰ ਕਹਿਣਾ ਜਾਨ ਮੈਂ ਇਹਨੂੰ ਹੀ ਕਹਿਣਾ ਤੂੰ ਜਾਨ ਬਾਜੀ ਵਾਲਾ ਤੂੰ ਹਟ ਜਾ ਰਾਜਾ ਸਾਹਿਬ ਮੇਰਾ ਨੰਬਰ ਲੈ ਕੇ ਤੇ ਰਾਤ ਨੂੰ 11 ਵਜੇ 12 ਵਜੇ ਮੈਂ ਮੇਰਾ ਦੋਸਤ ਆਇਆ ਤੇ ਮੈਂ ਉਹਦੇ ਨਾਲ ਬੈਠੀ ਨਾ ਖਾਣਾ ਖਾਣ ਡਈ ਆਪਣੇ ਘਰ ਹੀ ਤੇ ਉਹ ਮੇਰੀਆਂ ਨਾ ਸਹੇਲੀਆਂ ਆਈਆਂ ਸੀਗੀਆਂ ਇੱਕ ਦਾ ਨਾਮ ਸੀ ਪਾਰੋ ਇੱਕ ਦਾ ਨਾਮ ਸੀ ਬਿੰਦੀਆ ਅੱਛਾ ਅੱਛਾ ਉਹਦਾ ਨਾ ਬੰਦਾ ਆਇਆ ਸਾਡੇ ਭਾਏ ਨਾਲ ਸੀ ਸਾਰੀਆਂ ਸਾਲੀਆਂ ਤੇ ਮੇਰੇ ਨਾ ਸਾਰੀਆਂ ਇਕੱਠੀਆਂ ਬੈਠੀਆਂ ਸੀ ਘਰ 'ਚ ਸੌ ਫੰਕਸ਼ਨ ਹੁੰਦੇ ਆ ਤੇ ਉਹ ਸਾਡੀ ਅੰਮੀ ਆਈ ਸੀ ਮਈਆਂ ਚੰਨੂ ਵਾਲੀ ਨਾ ਗੁਰੂ ਭੋਲੀ ਆਈ ਸੀ ਅੱਛਾ ਇਹ ਰਾਤ ਨੂੰ 11 ਵਜੇ ਦੇ ਫੋਨ ਤੇ ਫੋਨ ਲੈ ਫੋਨ ਤੇ ਫੋਨ ਮੈਂ ਤਾਂ ਕੀ ਚੁੱਕਿਆ ਕਰੀ ਜਾਣਾ ਸੀ ਇਹ ਇਲਜ਼ਾਮ ਆ ਨਹੀਂ ਤੈਨੂੰ ਦੱਸ ਵੀ ਤੈਨੂੰ ਕਿਹੜਾ ਐਡਾ ਕੰਮ ਸੀ ਰਾਜਾ ਨੂੰ ਫੋਨ ਕਰਦਾ ਸੀ ਅੰਮੀ ਸੀ ਤੇਰੀ ਉਹ ਫੇਸਬੁੱਕ ਦੇਖਣ ਲਿਆ ਸੀ ਤੂੰ ਫੇਸਬੁੱਕ ਕਿਉਂ ਦੇਖਣ ਲਿਆ ਸੀ ਅਚਾਨਕ ਇਹਦਾ ਨੰਬਰ ਅੱਗੇ ਆ ਗਿਆ ਅਚਾਨਕ ਮੇਰਾ ਨੰਬਰ ਹੈ ਦੂਰ ਫਿੱਟ ਮੈਂ 11 22 ਵਾਲੀ ਵੀ ਤੁਸੀਂ ਮੈਨੂੰ ਕਾਲ ਕਰਨੀ ਸੀ ਅਚਾਨਕ ਆਇਆ ਨੰਬਰ ਤੇ ਮੇਰੇ ਕੋਲ ਐਂਗਰ ਉਂਗਲ ਲੱਗੀ ਤੈਨੂੰ ਮਿਸ ਕਾਲ ਚਲੀ ਗਈ ਆਪਣੇ ਮੋਬਾਈਲ 'ਚ ਤੂੰ ਇਹਦਾ ਹੀ ਨੰਬਰ ਸੇਵ ਕੀਤਾ ਕਿਉਂ ਕੀ ਗੱਲ ਹੋਰ ਕਿਤੇ ਜਗ੍ਹਾ ਮੁੱਕ ਗਈ ਕਿਸੇ ਹੋਰ ਦਾ ਵੀ ਨੰਬਰ ਸੇਵ ਕਰ ਤੂੰ ਇਹ ਮਿਸ ਕਾਲ ਆਈ ਸੀ ਜਾਂ ਕਾਲ ਆਈਆਂ ਸੀ ਮਿਸ ਕਾਲ ਆਉਂਦੀਆਂ ਜ਼ਿਆਦਾਤਰ ਐ ਸਭ ਜਾਂ ਤਾਂ ਮਰੇ ਕਿਤੇ ਕਾਲ ਵੀ ਕਰ ਤੂੰ ਹੈ ਨਾ ਕਾਲ ਕਰੇ ਮਿਸ ਕਾਲਾਂ ਦੇ ਦੇ ਜੇ ਤੂੰ ਇਹ ਮਿਸ ਕਾਲ ਕਹਿ ਰਿਹਾ ਉਹ ਕਹਿੰਦੀ ਹੈ ਕਿ ਮਿਸ ਕਾਲ ਆਈਆਂ ਸੀ ਓਏ ਹੋਏ ਇਸ ਫਿਕਰੇ ਦੇ ਵਿੱਚ ਵੇਖ ਲਓ ਕਿੰਨਾ ਫਰਕ ਹੈ ਰਾਜ ਸਾਹਿਬ ਮੈਂ ਤਾਂ ਸੁਣਿਆ ਸੀ ਬਾਜੀ ਤੇਰੀ ਉਮਰ ਹੈ ਯਾਰ ਇਹ ਕਿਸੇ ਨੂੰ ਮਿਸ ਕਾਲਾਂ ਕਰਨ ਦੀ ਜਿਹੜੇ ਮੱਲੇ ਦੇ ਵਿੱਚ ਉਹਨਾਂ ਨੇ ਜਗ੍ਹਾ ਲੈ ਲਈ ਆ ਇਹਦਾ ਮਕਸਦ ਇਹ ਆ ਕਿ ਉਹਨਾਂ ਨੂੰ ਯਾਰ ਜ਼ਲੀਲ ਕਰੋ ਤੁਸੀਂ ਉਹ ਜ਼ਲੀਲ ਮੈਂ ਉਹਨਾਂ ਤੇ ਗਾਣਾ ਪਾਉਣਾ ਅੱਲਾ ਦੀ ਕਸਮ ਮੈਂ ਤਾਂ ਸੁਣਿਆ ਸੀ ਬਾਜੀ ਵਾਲੇ ਐਡੇ ਘਟੀਆ ਹੁੰਦੇ ਲੇਕਿਨ ਇਹ ਨਹੀਂ ਸੀ ਪਤਾ ਵੀ ਇੰਨੇ ਘਟੀਆ ਵੀ ਸਿਰ ਮਿਸ ਕਾਲ ਖਬਰਦਾਰ ਉਹ ਮੈਨੂੰ ਦੱਸਦੇ ਆ ਬਾਜੀ ਵਾਲੇ ਤਾਂ ਤੋਂ ਜ਼ਿਆਦਾ ਘਟੀਆ ਨਹੀਂ ਬੋਲਣਾ ਹੈਗਾ ਮੇਰੇ ਕੋਲ ਲੈ ਕੇ ਉੱਚੀ ਨਹੀਂ ਬੋਲਣਾ ਹਾਂ ਨਹੀਂ ਮਾਰਿਆ ਨਹੀਂ ਕਰ ਉਹ ਵੀਰ ਓਏ ਕੀ ਗੱਲ ਨਹੀਂ ਮਾਰਿਆ ਨਹੀਂ ਨਹੀਂ ਹੈਗੀ ਨਹੀਂ ਗੱਲ ਕਰ ਬੰਬੀ ਤੂੰ ਗੱਲ ਖੁੱਲ ਕੇ ਕਰ ਐਡਾ ਘਟੀਆ ਬੰਦਾ ਰਾਏ ਸਾਹਿਬ ਘਟੀਆ ਤੂੰ ਹੋਏਂਗੀ ਓਏ ਆਸਾ ਗੱਲ ਕਰ ਬਾਸਟਰ ਮੇਰੇ ਸਾਹਮਣੇ ਨਾ ਉੱਚੀ ਬੋਲੀ ਬਾਜੀ ਵਾਲਿਆ ਬਾਸਟਰ ਮੇਰੇ ਸਾਹਮਣੇ ਨਾ ਉੱਚੀ ਓਏ ਲੱਗੀ ਚੁੱਪ ਕਰ ਵਰਦੀ ਗੱਲ ਕਰ ਵਰਦੀ ਪਾ ਕੇ ਤੇ ਐ ਫਿਰ ਤਾਂ ਤੂੰ ਲਾਮਾ ਕੇ ਬਾਲ ਦੀ ਢੇਰੀ ਦੇ ਬਾਹਰ ਖਲੋਤਾ ਵਰਦੀ ਪਾ ਕੇ ਹੈ ਮੱਲਿਆ ਚ ਗਿਉਣਾ ਤੂੰ ਵਜਾਉਣਾ ਫੇਰ ਫਿੱਟੇ ਮੂੰਹ ਪਰਸੋਂ ਮੈਨੂੰ ਬੜਾ ਭਲੇਖਾ ਪਿਆ ਰਾਜਾ ਸਾਹਿਬ ਇਹਦਾ ਦੇਖਿਓ ਤੁਰਿਆ ਜਾਣੇ ਤੇ ਪਿੱਛੋਂ ਪੈਲਟ ਲੱਗੇ ਦੁਰ ਫਿੱਟੇ ਮੂੰਹ ਜਦ ਮੈਂ ਮੂੰਹ ਦੇਖਿਆ ਤੇ ਫੇਰ ਬਾਜੇ ਵਾਲਾ ਬੱਲੇ 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 ਬਰ ਪੈਲਟ ਲੱਗੇ ਤੈਨੂੰ ਕਦੇ ਕੈਪਟਨ ਲੱਗੇ ਕਦੇ ਤੈਨੂੰ ਗੋਲਡ ਲੀਫ ਲੱਗੇ ਕਿਉਂਕਿ ਸਿਗਰਟ ਪੀਣ ਦੇ ਲੱਗਣ ਡਿਆ ਇਹਦੇ ਹਾਲਾਤ ਦੇਖੋ ਰਾਜਾ ਸਾਹਿਬ ਦੀ ਟਾਈ ਦੇਖੋ ਅੱਲਾ ਮਾਫੀ ਦੇ ਦਹੀਂ ਵਾਲੇ ਛਾਪ ਨੂੰ ਦੰਦੀ ਨਹੀਂ ਵੱਡੀ ਹੁੰਦੀ ਸਾਰੀ ਚੋ ਗਈ ਹੈ ਸਿੱਕੇ ਜਾਵਾਂ ਮੈਂ ਸਿੱਕੇ ਜਾਵਾਂ ਆ ਮੇਰੀ ਗੱਲ ਸੁਣ ਲਾ ਆ ਮੈਨੂੰ ਗੱਲ ਨਾ ਸਾ ਰਾਜਾ ਗੀਟੀ ਫਿੱਲੀ ਦੀ ਤਿਆਰੀ ਜਾ ਇਹ ਗੀਟੀ ਫਿੱਲੀ ਦਾ ਕੀ ਮਤਲਬ ਆ ਰਾਜਾ ਗੀਟੀ ਫਿੱਲੀ ਰਿਸ਼ਤੇਦਾਰੀ ਕਰਨਾ ਚਾਹੁੰਦਾ ਵਾ ਹਾਂ ਬੱਲੇ 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 ਇਹਨਾਂ ਦਾ ਰਿਸ਼ਤੇਦਾਰੀ ਉਹ ਸਾਰਿਆਂ ਦੀਆਂ ਸ਼ੇਪਾਂ ਨਿਕਲੀਆਂ ਇਹ ਸਾਰੀਆਂ ਸੌਰੀਆਂ ਬਣੀਆਂ ਇੱਕ ਦੂਜੇ ਦੀਆਂ ਦੁਰ ਫਿੱਟੇ ਨੂੰ ਵੇ ਤੇਰੀ ਜ਼ਿੰਦਗੀ ਦੇ ਉੱਤੇ ਹੈ ਆਪਣੇ ਤੇ ਟਾਈਮ ਨਾ ਮਾਰ ਲੈ ਤੇ ਦੂਜਿਆਂ ਨੇ ਤੇਰੇ ਕੋ ਬਰਦਾਸ਼ਤ ਨਹੀਂ ਹੁੰਦੇ ਜ਼ਿਆਦਤੀ ਆ ਜ਼ਿਆਦਤੀ ਹੈ ਬਬਲੀ ਹਾਂਜੀ ਇਹ ਜ਼ਿਆਦਤੀ ਆ ਤੇ ਜ਼ਿਆਦਤੀ ਤੂੰ ਵੀ ਕਰਦੀ ਆ ਕਰੀ ਨਾ ਤੂੰ ਆਈ ਨਹੀਂ ਹੈਗੀ ਵੀ 10 ਮਿੰਟ ਦਾ ਇੱਥੇ ਮੈਨੂੰ ਆ ਕੇ ਦੱਸਿਆ ਕਰੇ ਕੋਈ ਗੱਲ ਗੁੱਲ ਕਰ ਰਾਜਾ ਸਾਹਿਬ ਮੈਂ ਹਾਜ਼ਰ ਆ ਇਦਾਂ ਦਾ ਬੰਦਾ ਬੈਠਾ ਹੋਵੇ ਤੇ ਮੇਰਾ ਅੱਲਾ ਦੀ ਕਸਮ ਗਲੀ ਲੰਘਣ ਨੂੰ ਦਿਲ ਨਹੀਂ ਕਰਦਾ ਦੁਕਾਨ 'ਚ ਮੈਂ ਇੱਕ ਲੈਣ ਨੂੰ ਦਫਾ ਗਲੀ ਨਹੀਂ ਲੱਗਣਾ ਆ ਵੀ 12 ਦਿਨ 13 ਦਿਨ ਤੇ ਨਹਾਉਂਦੇ ਨਹੀਂ ਇਹ ਉਹ ਤੋਂ ਵਰਦੀ ਇਹਨਾਂ ਨੇ ਇੰਜ ਪਾਈ ਦੇ ਕੱਪੜੇ ਉਹ ਤਾਂ ਵਰਦੀ ਪਾਈ ਹੁੰਦੀ ਆ ਗਰਮੀ ਇਹਨਾਂ ਨੂੰ ਲੱਗਦੀ ਹੈਗੀ ਪਤਾ ਨਹੀਂ ਇਹ ਕਾਹਦੇ ਬਣੇ ਆ ਰਾਜਾ ਛੱਡਦੇ ਯਾਰ ਨਹਾਉਂਦੇ ਨਹੀਂ ਹੈਗੇ ਤੂੰ ਬੜਾ ਸਾਡਾ ਖਾਰਾ ਲਾਉਣਾ ਤੂੰ ਮੈਂ ਗਾਰਾ ਲਾਉਣਾ ਤੁਹਾਡੇ ਤੋਂ ਗਾਰਾ ਲਾਉਣਾ ਇਹਦੀ ਕੀ ਜ਼ਰੂਰਤ ਹੋਈ ਬਈ ਸਾਡਾ ਮੱਲਾ ਸਾਡੀ ਗਲੀ ਅਸੀਂ ਚੌਪੜੀ ਕਰੀਏ ਮੇਰੇ ਸਾਹਮਣੇ ਨਹੀਂ ਕਹਿਣਾ ਇਹਦੀ ਕੀ ਜ਼ਰੂਰਤ ਇਹਦੀ ਕੀ ਜ਼ਰੂਰਤ ਨਹੀਂ ਮਾਰਾ ਗੱਲ ਕਰ ਲਈ ਕੋਈ ਗੱਲ ਨਹੀਂ ਯਾਰ ਸਾਡੇ ਤੇ ਬੋ ਆਉਂਦੀ ਆ ਆ ਆਗੜਾ ਆ ਬੰਦਾ ਇੱਡੇ ਗੰਦੇ ਭਾਂਡੇ ਤੁਹਾਨੂੰ ਚਾਹ ਬਣਾਉਂਦਾ ਇਹਨੇ ਤਾਂ ਨਹੀਂ ਜਨਮ ਆਉਂਦੀ ਓਏ ਮੈਂ ਗਰਮ ਪਾਣੀ ਨਾਲ ਧੋਣਾ ਹੈ ਗਰਮ ਪਾਣੀ ਨਾਲ ਬੜਾ ਤੇ ਜ਼ਖਮ ਧੋਣਾ ਬਬਲੀ ਸਾਹਮਣੇ ਨਾ ਉੱਚੀ ਅਗਲੀ ਗੱਲ ਦੱਸ ਤੂੰ ਬਬਲੀ ਖੁੱਲ ਕੇ ਗੱਲ ਕਰ ਫੇਰ ਰਾਜਾ
यार छाती जमी है, तेन पता मौसम चेंज हो जाए। छाती नु तू जाग लाया, तेरी छाती जमी, छाती जमी, छाती जमी, तू रात नु फक्की खा के पुत्ता सी। राजा साहब अरसा जे मनक्का लाउणा चाहुंदा ई नहीं, मैं सारा पक्का लग गया मैनू पता। राजा साहब दूसरी गल, अल्लाह तुहाडा भला करे, कल ना वो आए हुए सीगे मेरे ना घर, मतलब मेरे जिहड़े हुंदे आ। अच्छा अच्छा दोस्त तुहाडे? हां सिद्धी गल, वो आए सी। सिद्धी गल दस, गिरिया जोबन बच्चा देख राजा, तू सामने बिठा के मेरी बिस्ती करा रहा। दूर फिटे मु तेरा, तू बाहुबली च काम किया, तेरे सामने बिठा के बिस्ती है। लोगों ने घर च काम कर दी, मैं कदे इतराज किया? सही है, मेहनत ना करनी चाहिए। मेहनत इटा फड़ाउण दे, इटा फड़ाउण दे, बस बंद कर दना। मैं तन्नू दसा, तू लिया नहीं चुका के साडे सामने ना, बबली ना गल करी, लैदा भी ना करी, साडे सामने नहीं करनी। बबली दे भाई बड़े परस्तार, बड़े इत्थे जम गए। बबली खोल के गल कर, तू पक्की नहीं कि खोल जावे राजा, हुण खोल ते गई है। नहीं बबली खोल के गल कर, बंदियां दी कदर करी, बंदियां दी करी दी आ, बाजे वाले दी नहीं। केड़ा बाजे वाला इत्थे आ गया? ओ मेरे नाल तमीन रहो, इन्ने बिल्ले लाए ओ बाजे वाले, इन्ने बिल्ले ला के भी ਫੇਰ ਰੇਟ ਹੋ ਜਾਂਦਾ ਤੁਹਾਡੇ ਤੇ। ਅੱਲਾ ਮਾਫੀ ਦੇ, ਤੂੰ ਬਾਜੇ ਵਾਲਾ ਹੀ ਆ, ਤੂੰ ਪਿਛਲੇ ਮਹੀਨੇ ਚੈਂਪੀਅਨ ਦੇ ਇਲੈਕਸ਼ਨ ਜਿੱਤੇ ਆ। ਮੈਂ ਕਹਿੰਦਾ ਮੇਰੇ ਨਾ ਨਜ਼ਰਾਂ ਤੋਂ ਦੂਰ ਹੋ ਜਾ, ਨਜ਼ਰਾਂ ਤੋਂ ਤੇਰੀ ਅੱਖ ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ, ਤੈਨੂੰ ਮੈਂ ਕਹਿੰਦਾ ਖੁੱਲ ਕੇ ਗੱਲ ਦੱਸ ਅੱਗੇ ਕੀ ਹੋਇਆ। ਫੇਰ ਰਾਜਾ ਸਾਹਿਬ ਅਗਲੀ ਗੱਲ ਮੈਨੂੰ ਕਹਿੰਦਾ, ਤੈਨੂੰ ਸੂਟ ਲੈ ਕੇ ਦਵਾਂ। ਤੂੰ ਸੂਟ ਕੇ ਲੈ ਕੇ ਦਵਾਂ ਕੀ ਗੱਲ, ਤੂੰ ਇਹਨੂੰ ਸ਼ਾਗਿਰਦ ਕਰਾਉਣਾ ਕਿਸੇ ਦਾ? ਵੀ ਤੂੰ ਆਪਣੇ ਕਿਸੇ ਘਰ ਦੇ ਇਹਨੂੰ ਸ਼ਾਗਿਰਦ ਕਰਾਉਣਾ ਆ, ਇਹਦਾ ਡਾਂਸ ਗਲਤ ਹੋਣ ਦੇ ਲੈ ਕੇ ਚੱਲ ਯਾਰ, ਈਦ ਆਉਣ ਡਈ ਆ ਤੇ ਮੈਂ ਆਪਣੇ ਦੇਣਾ ਸੀ ਆਪਣੇ ਨਾ, ਤੂੰ ਮਾਮਾ ਸਹੁਰਾ ਉਹਦਾ ਬਣ। ਈਦ ਆਉਣ ਡਈ ਆ, ਤੈਨੂੰ ਸ਼ਰਮ ਨਹੀਂ ਆਉਣ ਡਈ? ਆ 15 ਦਿਨ ਹੋ ਗਏ ਸ਼ਲਟ ਨਹੀਂ ਲਾਉਣ ਡਿਆ। ਈਦ ਆਉਣ ਡਈ ਸੂਟ ਲੈ ਕੇ, ਤੂੰ ਪਾ ਲਈ ਆ ਉਹ? ਉਹ ਮੈਂ ਆਪਣੇ ਅੱਬੇ ਦੇ ਨਾਂ ਦਾ ਦੇਣਾ ਨਹੀਂ। ਉਹ ਅੱਬਾ ਤੇਰਾ ਇਹਨਾਂ ਦਾ ਗੁਰੂ ਸੀ, ਵੀ ਅੱਬਾ ਇਹਨਾਂ ਦੀ ਟੋਲੀ ਜਾਂਦਾ ਰਿਹਾ। ਜਾਂਦੇ ਰਾਜਾ ਜੱਤ ਕਿਤੇ ਨਾ ਮਰੀ ਜਾਂਦਾ, ਜਾਂਦੇ ਰਾਜਾ ਦੰਦ ਨਹੀਂ ਆਪਣੇ ਵੇਖਦਾ ਹੈਗਾ। ਤੂੰ ਆਪਣੇ ਸਿਰ ਨਹੀਂ ਦੇਖਦਾ, ਤੂੰ ਕਿਤੇ ਮਰ ਜਾਣਾ ਚਾਹੀਦਾ ਹੈ। ਕਿਉਂ? ਹਾਂ ਮੂੰਹ ਤੇਰਾ ਬੰਦ ਨਹੀਂ ਹੋਣ ਡਿਆ ਤੇ ਤੂੰ ਹੱਥ ਕਿੱਥੇ ਪਾਉਣ ਡਿਆ? ਬੜਾ ਕਤਰੀਨਾ ਗੱਲ ਕਰਦਾ, ਇੰਜ ਲੱਗਦਾ ਦੰਦ ਡਿਗਣ ਲੱਗੇ। ਮੈਂ ਚਵਲ ਦੀ ਗੱਲ ਸੁਣ ਲਓ, ਤੁਸੀਂ ਯਕੀਨ ਕਰੋ ਤੁਸੀਂ ਤੇ ਹੁਣ ਮਤਲਬ ਇੱਥੇ ਚੌਂਕ ਚ ਉਹਨੇ ਤੁਹਾਡੇ ਸਾਹਮਣੇ ਮੈਂ ਜਾਣੀ ਆਉਂਦੀ, ਕਿਸੇ ਦੇਖਿਆ ਕਿ ਸਾਡੇ ਸੋਹਣੀ ਲੱਗਦੀ ਜਾਂਦੀ ਆਉਂਦੀ ਸਾਡੇ ਬੂਹੇ ਤੋਂ ਜਾਂਦੀ ਹੁੰਦੀ ਨਾ, ਤੇ ਮੈਂ ਏਦਾਂ ਪਿੱਛੇ ਨੂੰ ਦੇਖਦਾ ਨਾ ਜਿਹੜੀ ਗਲੀ ਚ ਬਾਜਾ ਵਜਾਉਣ ਚਲੇ ਜਾਣਾ, ਗਲੀ ਚ ਮਰੂੰਡਾ ਮੁੱਕ ਜਾਂਦਾ, ਭੁੱਖੇ ਸਾਰੀ ਦਿਹਾੜੀ ਬਾਜਾ ਵਜਾਈ ਜਾਂਦੇ। ਇਹ ਮਰੂੰਡਾ ਖਾਂਦੇ ਆ, ਇਹ 200 ਦੀ ਰੋਟੀ ਨੀ ਖਾਂਦੇ, 800 ਦਾ ਮਰੂੰਡਾ ਖਾ ਜਾਂਦੇ। ਮਰੂੰਡੇ ਵਾਲੇ ਦਾ ਕਰਜ਼ਾ ਜਿਹੜਾ ਨਾ ਇਹਨਾਂ ਤੇ ਚੜਿਆ ਹੁੰਦਾ ਹੈ, ਟੀਚਰ ਵਾਲਾ ਪੈਸੇ ਲੈਣ ਆਉਂਦਾ, ਰਾਜਾ ਸਾਹਿਬ ਮੈਂ ਤੁਹਾਨੂੰ ਉਹ ਹਰਕਤ ਦੱਸਾਂ, ਯਕੀਨ ਕਰੋ ਤੁਸੀਂ ਇਹਨੂੰ ਮੂੰਹ ਨਾ ਲਾਓ ਸਾਰੀ ਜ਼ਿੰਦਗੀ। ਅੱਛਾ ਮੈਂ ਨਾ ਕਿਹੜੀ ਹਰਕਤ ਖੁੱਲ ਕੇ ਦੱਸ, ਮੈਨੂੰ ਮਜ਼ਾ ਆ ਰਿਹਾ ਤੇਰੀ ਗੱਲ ਦਾ। ਰਾਜਾ ਤੂੰ ਉਹਦੀ ਗੱਲ ਸੁਣ, ਤੂੰ ਵੀ ਲੀਪੋ ਟਾਪੋ ਦੇ ਚੱਕਰ ਚ ਪੈ ਗਿਆ। ਪਿਛਲੀ ਗਲੀ ਚ ਚਲੇ ਗਈ ਚੌਧਰੀ ਨੀ ਰਹਿੰਦੇ ਜਿੱਥੇ, ਪਿਛਲੀ ਗਲੀ ਬਹੁਤ ਚੌਧਰੀ ਨੀ ਰਹਿੰਦੇ, ਸਾਰਾ ਪੂਰੀ ਗਲੀ ਨੀ ਲਾਉਂਦੀ, ਤੇ ਉਹ ਚੌਧਰੀਆਂ ਦੇ ਘਰ ਹੋਇਆ ਮੁੰਡਾ, ਤੇ ਮੈਂ ਉੱਥੇ ਗਈ ਵਧਾਈ ਲੈਣ, ਤੇ ਮਰਨਾ ਉਹ ਵੀ ਇੱਥੇ ਖਲੋਤਾ। ਤੂੰ ਉੱਥੇ ਕਿਉਂ ਖਲੋਤਾ? ਮੈਂ ਉੱਥੇ ਖਲੋਤਾ ਤੇ ਮੁੰਡਾ ਸਿਗਟਾ ਲੈਣ ਗਿਆ, ਮੈਂ ਤਾਰੇ ਖਲੋਤਾ ਸੀ। ਗੱਲ ਦੇ ਵਿੱਚ ਵੱਡਾ ਬਾਜਾ ਪਾਇਆ ਹੋਇਆ। ਅੱਛਾ ਇਹਦੇ ਕੋਲ ਵਜਾਇਆ ਤੇ ਕਹਿਣੀ ਤੇ ਫੜ ਕੇ ਨਾ ਲੱਕ ਚ ਘੁਮਾਉਣ ਲੱਗ ਗਿਆ। ਦੁਰ ਫਿੱਟੇ ਮੂੰਹ ਤੇਰਾ, ਮੈਂ ਤਾਂ ਨੱਚ ਕੇ ਲਈ ਤੇ ਤੂੰ ਮਾਰ ਕੇ ਬਾਜਾ ਭਲਾ ਕਿਉਂ ਇਹਨੇ ਪਾਇਆ ਸੀ? ਕਿਉਂ ਪਾਇਆ ਸੀ? ਇਹ ਤੁਹਾਨੂੰ ਡਰਾਉਂਦਾ ਸੀ ਵੀ ਇਹ ਸਮਝਣ ਤੋਪ ਆ, ਉਹਦੇ ਵਿੱਚ ਬੰਬ ਪਾ ਪਾ ਕੇ ਨਾ ਤੁਹਾਡੇ ਵੱਲ ਸਿੱਟਣੇ ਸੀ, ਉਹ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਬਾਜਾ ਆ। ਬੜਾ ਇਨਸਾਫ ਮੇਰਾ, ਰੋਜ਼ ਰੋਜ਼ ਦਾ ਨਾ ਫੈਸਲਾ, ਐਸਾ ਇਨਸਾਫ ਵਾਲਾ ਬੰਦਾ ਮੈਂ ਨਹੀਂ ਦੇਖਣਾ। ਉਹ ਬਾਜੇ ਵਾਲਾ ਕਿਉਂ ਤੂੰ ਚਿੜੀਆਂ ਨੂੰ ਡਰਾਉਣਾ? ਉਹ ਕਿਹੜੀਆਂ ਚਿੜੀਆਂ ਇਹ? ਇਹ ਤਾਂ ਕਾਵਾਂ ਨੂੰ ਮਾੜੀਆਂ। ਬਸ ਕਰ ਵੀ ਤੂੰ ਸੁਲਤਾਨ ਰਾਜ ਦੀਆਂ ਫਿਲਮਾਂ ਚ ਆਉਂਦਾ ਰਹੇ, ਜੇ ਮੈਂ ਚਿੜੀ ਨਹੀਂ ਤੇ ਹੈ ਉਹਦਾ ਦੌਰ ਹੀ ਕਦੋਂ ਨਾ ਮੁੱਕਿਆ ਆ। ਹਾਂ ਗੱਲ ਸਹੀ ਆ, ਆਹ ਜਿਹੜੀ ਤੁਹਾਡੀ ਵਰਦੀ ਹੈ ਨਾ, ਇਹ ਵਰਦੀ ਦਾ ਕੋਈ ਰੋਪ ਨਹੀਂ ਕਿਸੇ ਤੇ, ਇਹ ਵਰਦੀ ਵਾਲੇ ਦਾ ਬਹੁਤ ਵੱਡਾ ਅਹੁਦਾ ਹੋਵੇ ਤਾਂ ਭਲਾ ਕੀ ਹੁੰਦਾ? ਬਿੱਲੇ ਬੁੱਲੇ ਲਾ ਕੇ ਤੇਰੇ ਵਾਂਗੂ ਐਨ ਹੋ ਕੇ ਤਾਂ ਚੰਗੇ ਹੋਟਲ 'ਚ ਖਲੋਗੇ, ਸਿਰਫ ਚੰਗਾ ਬੰਦਾ ਆਵੇ ਤਾਂ ਦਰਵਾਜ਼ਾ ਖੋਲਣਾ, ਉਹ ਅੰਦਰ ਚਲ ਗਿਆ ਦਰਵਾਜ਼ਾ ਛੱਡ ਦੇਣਾ, ਇੰਨਾ ਕੰਮ ਬੁੱਲੇ 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 ਤੈਨੂੰ ਤਾਂ ਹੋਰ ਇਸ ਵਰਦੀ ਦਾ ਕੋਈ ਫਾਇਦਾ ਨਹੀਂ ਹੈਗਾ। ਬਬਲੀ ਖੁੱਲ ਕੇ ਗੱਲ ਦੱਸ, ਲੈ ਮੈਂ ਉਹਦੀ ਗੱਲ ਸੁਣਦਾ ਤੇ ਆਪ ਸੁਣਾਉਂਦਾ ਤੇ ਮੁੜ ਕੇ ਫੇਰ ਕਹਿੰਦਾ ਖੁੱਲ ਕੇ ਗੱਲ ਕਰ, ਉਹ ਮੇਰੇ ਵੀ ਸੁਣ ਭਾਈ। ਬਬਲੀ ਗੱਲ ਸੁਣ, ਰਾਜਾ ਮਹੱਲੇਦਾਰੀ ਆ, ਤੂੰ ਉਹਦੇ ਵੱਲੋਂ ਸੁੱਧ ਹੋਇਆ, ਤੂੰ ਵੀ ਲੱਗਦਾ ਈਟੋ ਮੀਟੋ ਕਰਨਾ ਚਾਹੁੰਦਾ।
ਨਹੀਂ ਮੈਂ ਉਹਨੂੰ ਗੱਲ ਸੁਣਨਾ ਫੈਸਲਾ ਕਰਨਾ ਆ ਕਿੰਨੀ ਵਾਰ ਤੁਹਾਨੂੰ ਕਿੰਨੀ ਵਾਰ ਤਕਲੀਫ ਆ ਕਿਹਨੂੰ ਇਹਨੂੰ ਨਾ ਹਲੇ ਮੇਰਾ ਪਤਾ ਨਹੀਂ ਹੈਗਾ ਰਾਜਾ ਸਾਹਿਬ ਮੇਰਾ ਜਿਹੜਾ ਦੋਸਤ ਆ ਨਾ ਮਤਲਬ ਜਿਹਨੇ ਮੇਰਾ ਖਰਚਾ ਚੁੱਕਿਆ ਹੋਇਆ ਜੁੱਤੀ ਕੱਪੜਾ ਘਰ ਬਾਰ ਸਾਰਾ ਜਿਹਨੇ ਤੇਰਾ ਸਾਰਾ ਮਕਾਨ ਦਾ ਖਰਚਾ ਚੁੱਕਿਆ ਤੇ ਉਹਨਾਂ ਨੇ ਨਾ ਤਿੰਨ ਕਤਲ ਕੀਤੇ ਆ ਤੇ ਪਰਸੋਂ ਨਾ ਮੇਰਾ ਹੱਥ ਫੜ ਕੇ ਕਹਿੰਦੇ ਮੈਨੂੰ ਲੱਗਦਾ ਪਬਲੀ ਤੇਰੇ ਨਾ ਹੱਥ ਵਿੱਚ ਨਾ ਕਤਲ ਦੀ ਲੀਕ ਆ ਓਏ ਬਾਜੀ ਦੀ ਗੱਲ ਸੁਣੋ ਕੀ ਕਹਿੰਦੇ ਕਹਿੰਦੀ ਤੂੰ ਸੁਣ ਬਾਜੀ ਵਾਲਾ ਸੁਣੇ ਅੱਗੇ ਤਾਂ ਲੱਗੇ ਇੰਜ ਹੋਣ ਡੇ ਵੀ ਇਦਾਂ ਸਕੂਲ ਛੱਡਣ ਚੱਲਾਂ ਸਾਡੀ ਉਹ ਭੈਣ ਆ ਬਾਜੀ ਆ ਤੇ ਅਸੀਂ ਨਹੀਂ ਚਾਹੁੰਦੇ ਹੈਗੇ ਮੁਹੱਲੇ ਦੇ ਵਿੱਚ ਇਹਨੂੰ ਕੋਈ ਤਕਲੀਫ ਹੋਵੇ ਜੇ ਤਕਲੀਫ ਦਿੱਤੀ ਹੈ ਨਾ ਤੇ ਫਿਰ ਰਾਜੇ ਤੋਂ ਬੁਰਾ ਕੋਈ ਨਹੀਂ ਹੈ ਫਿਰ ਰਾਜੇ ਤੋਂ ਬੁਰਾ ਕੋਈ ਨਹੀਂ ਹੈਗਾ ਇਹ ਮੈਂ ਤੁਹਾਨੂੰ ਦੱਸ ਦਵਾਂ ਤੇ ਮੈਂ ਅੰਦਰਾਂ ਚੋਂ ਕੱਢ ਕੱਢ ਮਾਰਨੇ ਆ ਅੰਦਰਾਂ ਚੋਂ ਕੱਢ ਕੱਢ ਮਾਰਨੇ ਆ ਇਹ ਮੈਂ ਤੈਨੂੰ ਦੱਸ ਦਵਾਂ ਜਿਹਨੇ ਇੱਕ ਨੇ ਵੀ ਤੁਹਾਡੇ ਨਾਲ ਗੱਲ ਕੀਤੀ ਹੈ ਨਾ ਤੇ ਮੈਂ ਆਪਣੀ ਬਾਜੀ ਦੇ ਨਾਲ ਆ ਮੇਰੀ ਗੱਲ ਸੁਣੋ ਸਮਝ ਮੁਹੱਲੇ ਦੀਆਂ ਧੀਆਂ ਭੈਣਾਂ ਹੁੰਦੀਆਂ ਅੱਜ ਤੁਸੀਂ ਕਿਸੇ ਦੀ ਧੀ ਭੈਣ ਨੂੰ ਵੇਖੋਗੇ ਨਾ ਤੇ ਕੱਲ੍ਹ ਕੋਈ ਜ਼ਰੂਰਤ ਕਰੇਗਾ ਰਾਜਾ ਤੂੰ ਸਹੀ ਕਹਿ ਰਿਹਾ ਸਮਝ ਲੱਗੀ ਕਿ ਜਿਹੋ ਜੀ ਤੁਹਾਡੀ ਭੈਣ ਅੱਜ ਤੋਂ ਭਾਈ ਇਹ ਮੇਰੀ ਵੀ ਭੈਣ ਜਾਓ ਇਹ ਬਾਜੇ ਵਾਲਿਆ ਪਹਿਲੇ ਤਾਂ ਬੜੀਆਂ ਬੇਟਾਮੀਆਂ ਕੁੰਡੀਆਂ ਖੜਕਾਉਂਦਾ ਸੀ ਹੈ ਉਦੋਂ ਤੈਨੂੰ ਹਕੀਮ ਨੇ ਦੱਸਿਆ ਸੀ ਤੁਸੀਂ ਕਾਲੀਆਂ ਜਿਹੜੀਆਂ ਖੜਕਾਉਂਦੇ ਰਾਤ ਨੂੰ 12 ਵਜੇ ਕਹਿੰਦਾ ਰਾਤ ਨੂੰ 1 ਵਜੇ ਰਾਜਾ ਕਹਿੰਦਾ ਸਬਜ਼ੀ ਲਾ ਲੈ 1 ਵਜੇ ਕੌਣ ਸਬਜ਼ੀ ਵੇਚ ਸਬਜ਼ੀ ਲਾਉਂਦਾ ਤੂੰ ਲੈ ਕੇ ਆਏ ਸਬਜ਼ੀ ਮੈਂ ਲਵਾਂਗਾ ਬਬਲੀ ਤੂੰ ਰੋ ਨਾ ਮੈਂ ਜੋ ਤੇਰੇ ਸਿਰ ਤੇ ਬੈਠਾ ਮੈਂ ਤੇਰਾ ਭਰਾ ਆ ਮੈਂ ਰੋ ਨਹੀਂ ਰਹੀ ਰਾਜਾ ਸਾਹਿਬ ਮੈਨੂੰ ਨਾ ਉਹਦੀਆਂ ਯਾਦਾਂ ਸਤਾਉਣ ਡਈਆਂ ਅੱਜ ਉਹ ਕਿਤੇ ਜੀਂਦਾ ਹੁੰਦਾ ਨਾ ਤੇ ਹੁਣ ਨੂੰ ਤੇ ਤਾਂ ਕਦੋਂ ਦਾ ਕੰਮ ਹੋਇਆ ਹੁਣ ਤੂੰ ਮਰਿਆ ਕਿੰਨੀ ਦੇਰ ਹੋ ਗਈ 1 ਸਾਲ ਹੋ ਗਿਆ ਰਾਜਾ ਸਾਹਿਬ ਲੈ ਤੂੰ ਮੈਨੂੰ ਕਿਉਂ ਆਪਣਾ ਦੋਸਤ ਸਮਝ ਐਸੀ ਕਿਹੜੀ ਗੱਲ ਨਹੀਂ ਰਾਜਾ ਸਾਹਿਬ ਉਹਦਾ ਇੱਕ ਛੋਟਾ ਭਰਾ ਹੈਗਾ ਵਾ ਉਹਨੇ ਮੈਨੂੰ ਕਿਹਾ ਜਿਹੜਾ ਵੀ ਤੈਨੂੰ ਛੇੜੂਗਾ ਨਾ ਉਹਦੇ ਦਿਮਾਗ 'ਚ ਗੋਲੀ ਮੈਂ ਮਾਰਾਂਗਾ ਸਿਰਫ ਤੂੰ ਮੈਨੂੰ ਦੱਸਣਾ ਮਰਨ ਵਾਲੇ ਦਾ ਭਰਾ ਹਾਂਜੀ ਕੀ ਕਹਿੰਦਾ ਦਿਮਾਗ 'ਚ ਗੋਲੀ ਮਾਰਾਂ ਹਾਂਜੀ ਤੇ ਤੂੰ ਬਾਜੀ ਕੋਈ ਕੰਮ ਵੀ ਹੋਵੇ ਨਾ ਸਾਨੂੰ ਦੱਸੀ ਤੇਰਾ ਹੱਕ ਹੀ ਨਹੀਂ ਬਣਦਾ ਇਸ ਮੁਹੱਲੇ 'ਚ ਰਹਿਣ ਦਾ ਚਲੋ ਉੱਠੋ ਯਾਰ ਮੈਂ ਹਮਾਮ ਬੰਦ ਕਰਨਾ ਪਤਾ ਕੀ ਮੈਂ ਜਾਣਾ ਹੈ ਕਿ ਸ਼ਾਦੀ 'ਤੇ ਲੈ ਲੈ ਨੰਬਰ ਹੋਣਾ ਰਾਜਾ ਲੈ ਲੈ ਨੰਬਰ ਪੁੱਤ ਤੂੰ ਜਾ ਆਪਣੇ ਘਰ ਜਾ ਨੰਬਰ ਕੀ ਕਰਨਾ ਭਾਈ ਇਹ ਧੀ ਧਿਆਣੀ ਆ ਅਸੀਂ ਪਿਆਰ ਦਵਾਂਗੇ ਅੱਲਾ ਮਾਫੀ ਦਾ ਪਿਆਰ ਨਹੀਂ ਮੈਂ ਆਧਾਰ ਨਾ ਦੇਈ 1700 ਲੈਣਾ ਤੇਰੇ ਕੋ ਜਾਵਾਂ ਦਾ ਉਹ ਕੇਸ ਲਿਖਿਆ ਤਾ ਜੱਟ ਬਲੰਗੀ ਯਾਰ ਦੁਕਾਨ ਬੰਦ ਕਰਨੀ ਮੈਂ ਸ਼ਟਰ ਸਿੱਟਣਾ ਜਾ ਤੂੰ ਵੀ ਤੇਰੀ ਮਿਹਰਬਾਨੀ ਸ਼ਟਰ ਸਿੱਟੀ ਜਾਈ ਇਹ ਚੰਗਾ ਹੋ ਗਿਆ ਸਾਡੀ ਜਾਨ ਬਚ ਗਈ ਆ ਅੱਛਾ ਹਾਂ ਇਹ ਕਿਤੇ ਉਹਨੂੰ ਦੱਸ ਦਿੰਦੀ ਅਚਾਨਕ ਉਹਨੇ ਤੇ ਆਪਾਂ ਨੂੰ ਗੋਲੀਆਂ ਨਾ ਮਾਰ ਦੇਣਾ ਸੀ ਰਾਜਾ ਵਾਹ ਤੂੰ ਵੀ ਅੱਖ ਘਮਾਉਣ ਲੱਗ ਪਈ ਮੈਂ ਤੈਨੂੰ ਵੇਖਣ ਡਿਆ ਆਹੋ ਲੇਕਿਨ ਮੈਂ ਨਾ ਜਦੋਂ ਵੇਖਿਆ ਨਾ ਵੀ ਉਹਨੂੰ ਕਿਹਾ ਦਿਮਾਗ 'ਚ ਗੋਲੀ ਮਾਰਨੀ ਇਹਨੂੰ ਬਿਹਤਰ ਮੈਂ ਕਿਹਾ ਵੀ ਅੱਲਾ ਤੋਬਾ ਕਰੋ ਤੇ ਖਾ ਲਾ ਇੱਕ ਗੋਲੀ ਉਹਨੇ ਕਿਹੜਾ ਦੋ ਮਾਰਨੀਆਂ ਇਹ ਕਿਹੜੀ ਸੈਪਟ੍ਰੋਨ ਆ ਇਹ ਕਿਹੜੀ ਸੈਪਟ੍ਰੋਨ ਉਹ ਗੋਲੀ ਖਾ ਕੇ ਉਹ ਤੋਂ ਗਰਮ ਦੁੱਧ ਪੀ ਲਈ ਰੌਲਾ ਹੀ ਕੋਈ ਨਹੀਂ ਆ ਚੱਲ ਜਾ ਚਪਲਾ ਨਾ ਮਾਰਗਾ ਦੁਕਾਨ ਬੰਦ ਕਰਨ ਦੇ ਜਾ ਮੇਰੇ ਵੀ ਤੇਰੇ ਕੋ ਵੀ ਦੋ ਚਾਰ ਆ ਜਾ ਜਾ ਦੁਕਾਨ ਬੰਦ ਕਰਨੀ ਆ